ਤੇ ਦੋਸਤੋ ਰੋਜ਼ਾਨਾ ਦੀ ਤਰ੍ਹਾਂ ਅੱਜ ਵੀ ਅਸੀਂ ਪਹੁੰਚੇ ਹਾਂ ਇਸ ਮੰਚ ਦੇ ਉੱਤੇ ਔਰ ਗੱਲ ਅਸੀਂ ਕਰਦੇ ਹਾਂ ਉਹਨਾਂ ਸਾਰੇ ਭਗ ਦੇ ਮਸਲਿਆਂ ਦੀ। ਮੈਂ ਤੁਹਾਡੇ ਨਾਲ ਹਰਕੀਰਤ ਸਿੰਘ ਆਹਲੂਵਾਲੀਆ ਕੋਸ਼ਿਸ਼ ਕਰਦਾ ਕਿ ਉਹਨਾਂ ਮਸਲਿਆਂ ਦੇ ਉੱਤੇ ਵਿਚਾਰ ਕਰ ਸਕੀਏ ਔਰ ਜਦ ਇਸ ਪਲੈਟਫਾਰਮ ਦੀ ਅਸੀਂ ਗੱਲ ਕਰਦੇ ਹਾਂ ਤਾਂ ਤੁਸੀਂ ਸਾਡਾ ਬਖੂਬੀ ਸਾਥ ਦਿੰਦੇ ਹੋ ਔਰ ਆਪਣੇ ਤਰਕ ਪ੍ਰਤੀਕਰਮ ਸਾਡੇ ਨਾਲ ਇਸ ਮੰਚ ਦੇ ਉੱਤੇ ਰੱਖਦੇ ਹੋ। ਜਿਹੜਾ ਅੱਜ ਇਸ਼ੂ ਅਸੀਂ ਇਸ ਮੰਚ ਦੇ ਉੱਤੇ ਲਿਆਵਾਂਗੇ, ਪਹਿਲਾਂ ਤਾਂ ਮੈਂ ਦੱਸ ਦੇਵਾਂ ਕਿ ਸਾਲ ਦਾ ਅਖੀਰਲਾ ਦਿਨ ਹੈਗਾ ਅਤੇ ਕਈ ਸਾਰੀ ਖਬਰਾਂ ਜਿਹੜੀਆਂ ਉਹ ਇਸ ਪੂਰੇ ਸਾਲ ਦੇ ਵਿੱਚ ਰਹੀਆਂ ਔਰ ਇਸ ਮੰਚ ਦੇ ਉੱਤੇ ਵੀ ਅਸੀਂ ਉਹਦੇ ਉੱਤੇ ਵਿਚਾਰ ਕੀਤਾ ਔਰ ਤੁਸੀਂ ਵੀ ਆਪਣੇ ਤਰਕ ਸਾਡੇ ਸਾਹਮਣੇ ਰੱਖੇ ਔਰ ਕਈ ਸਾਰੇ ਤੁਸੀਂ ਆਪਣੇ ਪ੍ਰਤੀਕਰਮ ਇਸ ਮੰਚ ਦੇ ਉੱਤੇ ਸਾਂਝੇ ਕੀਤੇ। ਜ਼ਿਕਰਯੋਗ ਹੈ ਕਿ ਜਦ ਉਹਨਾਂ ਦੇ ਉੱਤੇ ਵਿਚਾਰ ਕੀਤਾ ਗਿਆ ਤਾਂ ਕਈ ਸਾਰੇ ਸਵਾਲਾਂ ਦੇ ਜਵਾਬ ਵੀ ਜਿਹੜੇ ਨੇ ਉਹ ਇਸ ਮੰਚ ਤੋਂ ਨਿਕਲ ਕੇ ਗਏ। ਲੇਕਿਨ ਅੱਜ ਜਿਸ ਇਸ਼ੂ ਦੇ ਉੱਤੇ ਗੱਲ ਕਰਾਂਗੇ ਅਹਿਮ ਹੈਗਾ। ਮੈਂ ਦਰਸ਼ਕਾਂ ਨੂੰ ਇਹ ਜ਼ਰੂਰ ਦੱਸਣਾ ਚਾਹੁੰਦਾ ਕਿ ਜਦ ਇਸ ਪੂਰੇ ਸਾਲ ਦੇ ਵਿੱਚ ਅਸੀਂ ਉਹਨਾਂ ਅਹਿਮ ਇਸ਼ੂਜ਼ ਨੂੰ ਜਦ ਲੈ ਕੇ ਆਏ ਤਾਂ ਤੁਸੀਂ ਕਈ ਸਾਰੇ ਸਵਾਲ ਜਿਹੜੇ ਨੇ ਉਹ ਸਾਡੇ ਲਈ ਵੀ ਖੜ੍ਹੇ ਕੀਤੇ ਕਿ ਇਹ ਮੀਡੀਆ ਦੀ ਵੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਇਹਨਾਂ ਦੇ ਉੱਤੇ ਰਿਸਰਚ ਕਰਕੇ ਕਿਵੇਂ ਅਸੀਂ ਇੱਕ ਰੋਡ ਮੈਪ ਤਿਆਰ ਕਰ ਸਕਦੇ ਹਾਂ ਔਰ ਕਿਵੇਂ ਅਸੀਂ ਇਹਨਾਂ ਦੇ ਉੱਤੇ ਹੱਲ ਜਿਹੜਾ ਉਹ ਕੱਢ ਸਕਦੇ ਹਾਂ। ਜ਼ਿਕਰਯੋਗ ਹੈ ਕਿ ਕੋਸ਼ਿਸ਼ ਤੁਹਾਡੇ ਵੱਲੋਂ ਵੀ ਕੀਤੀ ਜਾ ਰਹੀ ਹੈ ਔਰ ਸੱਤ ਸਮੁੰਦਰ ਪਾਰ ਜਿਹੜੀ ਔਰਗਨਾਈਜੇਸ਼ਨਸ ਕੰਮ ਕਰ ਰਹੀਆਂ ਹਨ ਉਹਨਾਂ ਵੱਲੋਂ ਵੀ ਕੀਤੀ ਜਾ ਰਹੀ ਹੈ। ਤਾਂ ਜ਼ਿੰਮੇਵਾਰੀ ਜਦ ਦੋਵਾਂ ਦੀ ਬਣ ਜਾਂਦੀ ਹੈ ਤਾਂ ਫਿਰ ਲੱਗਦਾ ਕਿ ਜਿਹੜਾ ਸੋਲਿਊਸ਼ਨ ਹੈ ਉਹ ਕੱਢਿਆ ਜਾ ਸਕਦਾ ਔਰ ਜਿਹੜਾ ਨਾਮੁਮਕਿਨ ਹੈ ਉਹ ਮੁਮਕਿਨ ਹੋ ਸਕਦਾ। ਲੇਕਿਨ ਡਾਇਲੋਗ ਕਰਨ ਦੀ ਲੋੜ ਹੈਗੀ ਹੈ ਵੱਡੇ ਪੱਧਰ 'ਤੇ ਔਰ ਉਹਨੂੰ ਸੰਵਾਦ ਅਗਰ ਅਸੀਂ ਕਰਦੇ ਹਾਂ ਤਾਂ ਫਿਰ ਕਿਤੇ ਨਾ ਕਿਤੇ ਜਿਹੜਾ ਉਹਦਾ ਸੋਲਿਊਸ਼ਨ ਹੈ ਉਹ ਕੱਢਿਆ ਜਾ ਸਕਦਾ। ਪਰ ਕਈ ਸਾਰੇ ਮਸਲੇ ਜਿਹੜੇ ਨੇ ਉਹ ਵੱਡੇ ਪੱਧਰ 'ਤੇ ਆ ਕੇ ਵੀ ਸੁਲਝਾਏ ਨਹੀਂ ਜਾ ਸਕਦੇ ਕਿਉਂਕਿ ਉਹਨਾਂ ਦੇ ਵਿੱਚ ਜਿਹੜੀ ਵਿਚਾਰਧਾਰਾਵਾਂ ਜੁੜ ਜਾਂਦੀਆਂ ਹਨ ਉਹ ਵੱਖ ਵੱਖ ਵਿਚਾਰਧਾਰਾਵਾਂ ਭਾਵੇਂ ਉਹ ਇੱਕ ਔਰਗਨਾਈਜੇਸ਼ਨ ਦੀ ਹੋਏ ਦੂਜੀ ਔਰਗਨਾਈਜੇਸ਼ਨ ਦੀ ਹੋਏ ਇੱਕ ਪਾਰਟੀ ਦੀ ਹੋਏ ਦੂਜੇ ਪਾਰਟੀ ਦੀ ਹੋਏ ਤਾਂ ਉਹ ਸੋਲਿਊਸ਼ਨ ਜਿਹੜੇ ਨੇ ਉਹ ਕੱਢੇ ਨਹੀਂ ਜਾ ਸਕਦੇ। ਪਰ ਜ਼ਿੰਦਗੀ ਦਾ ਕੋਈ ਵੀ ਸਿਆਸੀ ਮਸਲਾ ਹੋਵੇ, ਧਾਰਮਿਕ ਮਸਲਾ ਹੋਵੇ ਜਾਂ ਫਿਰ ਕੋਈ ਹੋਰ ਮਸਲਾ ਹੋਵੇ ਉਹਨੂੰ ਸੁਲਝਾਇਆ ਜਾ ਸਕਦਾ ਅਗਰ ਉਹਦੇ ਵਿੱਚ ਨੀਅਤ ਹੋਵੇ। ਗਲਤਾਂ ਸਾਰੀ ਨੀਅਤ ਦੀ ਆ ਜਾਂਦੀ ਹੈ। ਹੁਣ ਜਦ ਮੈਂ ਨੀਅਤ ਦੀ ਗੱਲ ਕਰਦਾ ਤਾਂ ਮੈਨੂੰ ਬੜੇ ਅਫਸੋਸ ਦੇ ਨਾਲ ਕਹਿਣਾ ਪੈਂਦਾ ਅੱਜ ਉਸ ਨੀਅਤ ਦੀ, ਉਸ ਇਮਾਨਦਾਰੀ ਦੀ ਔਰ ਉਸ ਜਜ਼ਬੇ ਦੀ ਸਾਡੇ ਸਿਆਸੀ ਆਗੂਆਂ ਦੇ ਵਿੱਚ ਪੂਰੇ ਸਾਲ ਮੈਂ ਅਗਰ ਇਸ 2019 ਦੀ ਗੱਲ ਕਰਾਂ ਤਾਂ ਉਹ ਜਿਹੜੀ ਇੱਕ ਛਵੀ ਸੀਗੀ ਉਹ ਨਜ਼ਰ ਜ਼ਰੂਰ ਆਈ ਜੋ ਕਿ ਸਾਫ ਸਾਨੂੰ ਨਹੀਂ ਲੱਗੀ। ਜੇਕਰ ਉਹ ਛਵੀ ਸਾਫ ਹੁੰਦੀ ਤਾਂ ਕਈ ਸਾਰੇ ਮਸਲਿਆਂ ਦੇ ਉੱਤੇ ਅਸੀਂ ਅੱਜ ਇਸ ਮੰਚ ਦੇ ਉੱਤੇ ਇਕੱਠੇ ਹੋ ਕੇ ਬੈਠ ਸਕਦੇ ਸੀਗੇ ਔਰ ਉਹਨੂੰ ਸੁਲਝਾ ਸਕਦੇ ਸੀਗੇ। ਪਰ ਕਈ ਪੋਲੀਟਿਕਸ ਅਜਿਹੀ ਵੀ ਹੁੰਦੀ ਹੈ ਜਿਹਦੇ ਉੱਤੇ ਕੋਈ ਗੱਲ ਹੀ ਨਹੀਂ ਕਰਨਾ ਚਾਹੁੰਦਾ। ਖੈਰ 2019 ਜਿਹੜਾ ਸੀਗਾ ਉਹ ਮੈਂ ਅਗਰ ਪੰਜਾਬ ਦੀ ਸਿਆਸਤ ਦੀ ਗੱਲ ਕਰਾਂ, ਅਮੈਰੀਕਾ ਦੀ ਸਿਆਸਤ ਦੀ ਗੱਲ ਕਰਾਂ, ਕਿਉਂਕਿ ਅੱਜ ਅਸੀਂ ਜਿਸ ਮੁਲਕ ਦੇ ਵਿੱਚ ਆ ਕੇ ਵਸੇ ਹੋਏ ਹਾਂ ਇੱਥੇ ਦੀ ਵੀ ਗੱਲ ਕਰਨੀ ਸਾਡੇ ਲਈ ਉਨੀ ਜ਼ਰੂਰੀ ਹੈ ਜਿੰਨੀ ਅਸੀਂ ਆਪਣੀ ਬੈਕ ਹੋਮ ਕੰਟਰੀ ਤੋਂ ਆਏ ਹਾਂ। ਉਸ ਤੋਂ ਜ਼ਿਆਦਾ ਮੈਨੂੰ ਲੱਗਦਾ ਕਿ ਸਾਨੂੰ ਇੱਥੇ ਦੀ ਆਬੋ ਹਵਾ ਦੀ ਔਰ ਇੱਥੇ ਦੀ ਸਿਆਸੀ ਗੱਲਾਂ ਦੀ, ਇੱਥੇ ਹੋ ਰਹੇ ਧਾਰਮਿਕ ਮਸਲਿਆਂ ਦੀ ਗੱਲ ਕਰਨੀ ਵੀ ਇੰਪੋਰਟੈਂਟ ਬਣ ਜਾਂਦੀ ਹੈ। ਪਰ ਅਸੀਂ ਉਸ ਕੰਟਰੀ ਨੂੰ, ਉਸ ਸੂਬੇ ਨੂੰ ਵੀ ਨਹੀਂ ਛੱਡ ਸਕਦੇ ਕਿਉਂਕਿ ਜ਼ਿੰਦਗੀ ਦੇ ਕੁਝ ਲਮਹੇ ਅਸੀਂ ਉਸ ਧਰਤੀ ਦੇ ਉੱਤੇ ਵੀ ਗੁਜ਼ਾਰੇ ਹਨ। ਲੇਕਿਨ ਜਦ ਉੱਥੋਂ ਦੀ ਖਬਰਾਂ ਸਾਹਮਣੇ ਆਉਂਦੀਆਂ ਤਾਂ ਕਿਤੇ ਨਾ ਕਿਤੇ ਸਾਡੇ ਮਨਾਂ ਦੇ ਵਿੱਚ ਉਹ ਆ ਕੇ ਜਦ ਵੜ ਜਾਂਦੀਆਂ ਹਨ ਤਾਂ ਸਾਨੂੰ ਦੁੱਖ ਪਹੁੰਚਾਉਂਦੀਆਂ ਹਨ। ਹਾਲ ਫਿਲਹਾਲ ਦੇ ਵਿੱਚ ਜਿਹੜੀ ਇੱਕ ਖਬਰ ਵਾਇਰਲ ਹੋ ਰਹੀ ਹੈ ਕੈਬਨਿਟ ਮਿਨਿਸਟਰ ਸੁਖਜਿੰਦਰ ਰੰਧਾਵਾ ਜੋ ਕਿ ਇੱਕ ਵਾਇਰਲ ਵੀਡੀਓ ਦੇ ਵਿੱਚ ਨਜ਼ਰ ਆ ਰਹੇ ਹਨ ਕਿ ਉਹ ਗੁਰੂ ਨਾਨਕ ਦੇਵ ਜੀ ਦਾ ਮਜ਼ਾਕ ਉਡਾਉਂਦੇ ਹੋਏ ਨਜ਼ਰ ਆ ਰਹੇ ਹਨ। ਲੇਕਿਨ ਬਕਾਇਦਾ ਉਹਨਾਂ ਤੋਂ ਜਦ ਇਹ ਸਵਾਲ ਮੀਡੀਆ ਵੱਲੋਂ ਪੁੱਛੇ ਗਏ ਤਾਂ ਉਹਨਾਂ ਨੇ ਕਿਹਾ ਕਿ ਇਹ ਵੀਡੀਓ ਜਿਹੜੀ ਹੈ ਇਹ ਐਡਿਟ ਕੀਤੀ ਗਈ ਹੈ, ਇਸ ਵੀਡੀਓ ਦੇ ਵਿੱਚ ਕੋਈ ਵੀ ਸੱਚਾਈ ਨਹੀਂ ਹੈਗੀ, ਇਹ ਮੇਰੀ ਛਵੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਸ ਕਰਕੇ ਮੇਰੇ ਵੀ ਸੈਂਟੀਮੈਂਟਸ ਹਰਟ ਹੋਏ ਹਨ, ਇਹ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਦੀ ਔਰ ਵੱਖ ਵੱਖ ਜਿਹੜੀਆਂ ਹੋਰ ਵਿਰੋਧੀ ਧਿਰਾਂ ਹਨ ਇਹ ਉਹਨਾਂ ਦੀ ਸਾਜਿਸ਼ ਹੈ ਤਾਂ ਕਿ ਮੇਰੀ ਛਵੀ ਨੂੰ ਖਰਾਬ ਕੀਤਾ ਜਾ ਸਕੇ। ਉੱਥੇ ਦੂਜੇ ਪਾਸੇ ਕਈ ਸਾਰੀ ਔਰਗਨਾਈਜੇਸ਼ਨਸ ਜਿਹੜੀਆਂ ਹਨ ਉਹ ਇਸ ਵੀਡੀਓ ਤੋਂ ਬਾਅਦ ਅਕਾਲ ਤਖਤ ਸਾਹਿਬ ਦੇ ਵਿੱਚ ਸ਼ਿਕਾਇਤ ਦਰਜ ਕਰਾਉਣ ਦੀ ਉਹਨਾਂ ਨੇ ਆਸ ਰੱਖੀ ਸੀਗੀ।
ਬਕਾਇਦਾ ਉਸ ਸ਼ਿਕਾਇਤ ਨੂੰ ਉੱਥੇ ਕਰਵਾਇਆ ਵੀ ਗਿਆ। ਕਈ ਸਾਰੀ ਆਰਗਨਾਈਜੇਸ਼ਨਸ ਪੁਲਿਸ ਤੱਕ ਵੀ ਗਈਆਂ ਜਿੱਥੇ ਪਰਚਾ ਵੀ ਦਰਜ ਕਰਾਇਆ ਗਿਆ ਸੁਖਜਿੰਦਰ ਰੰਧਾਵਾ ਹੋਰਾਂ ਦੇ ਖਿਲਾਫ। ਲੇਕਿਨ ਅਸੀਂ ਇਸ ਮੰਜ ਦੇ ਉੱਤੇ ਅੱਜ ਉਸ ਮੁੱਦੇ ਨੂੰ ਜ਼ਰੂਰ ਰੱਖਾਂਗੇ, ਲੇਕਿਨ ਜਿਹੜਾ ਸਭ ਤੋਂ ਅਹਿਮ ਵਿਸ਼ਾ ਅੱਜ ਅਸੀਂ ਰੱਖਣ ਜਾ ਰਹੇ ਹਾਂ ਉਹ ਹੈਗਾ ਪੰਜਾਬ ਸੂਬਾ 2019 ਦੇ ਵਿੱਚ ਕਿੱਥੇ ਪਹੁੰਚਿਆ। ਕੇਂਦਰ ਸਰਕਾਰ ਵੱਲੋਂ ਗੁੱਡ ਗਵਰਨੈਂਸ ਅਤੇ ਇੱਕ ਇੰਡੈਕਸ ਕੱਢਿਆ ਜਾਂਦਾ ਹੈ ਜਿਹਦੇ ਵਿੱਚ ਵੱਖ ਵੱਖ ਸਟੇਟਾਂ ਨੇ ਉਹ ਕਿਹੜੇ ਕਿਹੜੇ ਨੰਬਰ 'ਤੇ ਆਈਆਂ, ਜਿਵੇਂ ਕਿ ਤੁਸੀਂ ਸਾਡੇ ਟੂ ਦਾ ਪੁਆਇੰਟ ਪ੍ਰੋਗਰਾਮ ਦੇ ਵਿੱਚ ਉਹਦੇ ਉੱਤੇ ਵਿਚਾਰ ਕਰਦੇ ਹੋਏ ਵੱਖ ਵੱਖ ਸਿਆਸੀ ਆਗੂਆਂ ਨੂੰ ਵੀ ਸੁਣਿਆ। ਲੇਕਿਨ ਅਸੀਂ ਇਸ ਮੰਚ ਦੇ ਉੱਤੇ ਗੱਲ ਇਕਨੋਮਿਕਸ ਦੀ ਕਰਾਂਗੇ ਕਿ ਪੰਜਾਬ ਦੇ ਵਿੱਚ ਇਕਨੋਮਿਕਸ ਜਿਹੜੀ ਹੈ ਉਹ ਵੱਡੇ ਪੱਧਰ 'ਤੇ ਕਿਉਂ ਖਰਾਬ ਹੋਈ ਹੈ, GDP ਜਿਹੜੀ ਹੈ ਇੰਨੇ ਹੇਠਲੇ ਸਰ 'ਤੇ ਜਾ ਕੇ ਕਿਉਂ ਗਿਰੀ ਹੈ, ਕਿਵੇਂ ਉਹਨੂੰ ਚੱਕਿਆ ਜਾ ਸਕਦਾ। ਜਦ ਗੁਆਂਢੀ ਮੁਲਕ, ਮੈਂ ਦੋ ਗੁਆਂਢੀ ਮੁਲਕਾਂ ਦੀ ਗੱਲ ਕਰ ਰਿਹਾ, ਇੱਕ ਤਾਂ ਹਿਮਾਚਲ ਪ੍ਰਦੇਸ਼ ਔਰ ਉੱਥੇ ਦੂਜੇ ਪਾਸੇ ਹਰਿਆਣਾ। ਅਗਰ ਹਰਿਆਣਾ ਤਰੱਕੀ ਕਰ ਸਕਦਾ ਹੈ, ਹਿਮਾਚਲ ਪ੍ਰਦੇਸ਼ ਹਿਲ ਸਟੇਸ਼ਨਾਂ ਦੇ ਸਟੇਟਾਂ ਦੇ ਵਿੱਚ ਅਗਰ ਨੰਬਰ 1 ਪੋਜੀਸ਼ਨ ਹਾਸਿਲ ਕਰ ਸਕਦਾ ਹੈ ਔਰ ਹਰਿਆਣਾ ਜਿਹੜਾ ਹੈਗਾ ਉਹ 8ਵੇਂ ਰੈਂਕ 'ਚ ਆ ਸਕਦਾ, ਜਿੱਥੇ ਪੰਜਾਬ 13ਵੇਂ ਰੈਂਕ 'ਚ ਹੈਗਾ ਗੁੱਡ ਗਵਰਨੈਂਸ ਨੂੰ ਲੈ ਕੇ। ਲੇਕਿਨ ਅਗਰ ਮੈਂ ਪੜ੍ਹਾਈ ਦੀ ਗੱਲ ਕਰਾਂ, ਜੇਕਰ ਮੈਂ ਹੈਲਥ ਡਿਪਾਰਟਮੈਂਟ ਦੀ ਗੱਲ ਕਰਾਂ, ਜੇਕਰ ਮੈਂ ਇੰਪਲੋਇਮੈਂਟ ਦੀ ਗੱਲ ਕਰਾਂ, ਜੇਕਰ ਮੈਂ GDP ਨੂੰ ਕਿਸ ਤਰੀਕੇ ਨਾਲ ਇਨਕਰੀਜ਼ ਕੀਤਾ ਜਾ ਸਕਦਾ, ਟੈਕਸੇਸ਼ਨ ਰਿਫੋਰਮਸ ਦੀ ਗੱਲ ਕਰਾਂ, ਜੇਕਰ ਮੈਂ ਇਕਨੋਮਿਕਸ ਦੇ ਸਤਰ ਦੀ ਗੱਲ ਕਰਾਂ ਕਿ ਕਿਸ ਤਰੀਕੇ ਦਾ ਹਰਿਆਣਾ ਦੇ ਵਿੱਚ ਸਤਰ ਹੈਗਾ, ਤਾਂ ਉਹ ਕਿੱਥੇ ਨਾ ਕਿੱਥੇ ਪੰਜਾਬ ਨੂੰ ਪਛਾੜਦਾ ਹੈਗਾ। ਹਰਿਆਣਾ ਦੇ ਵਿੱਚ ਕੀ ਇੰਨੀ ਵੱਡੇ ਪੱਧਰ 'ਤੇ ਇਸ਼ੂਜ਼ ਨੇ ਜੋ ਕਿ ਪੰਜਾਬ ਨੂੰ ਪਿੱਛੇ ਕਰ ਦਿੰਦੇ ਹਨ? ਔਰ ਇਹ ਉਹੀ ਸੂਬਾ ਸੀਗਾ ਜੋ ਨੰਬਰ 1 'ਤੇ ਰਿਹਾ ਕਾਫੀ ਲੰਬੇ ਸਮੇਂ ਤੱਕ ਆਜ਼ਾਦੀ ਤੋਂ ਬਾਅਦ। ਲੇਕਿਨ ਹੌਲੀ 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 ਜਦ ਉੱਥੇ ਕਈ ਸਾਰੇ ਇਸ਼ੂਜ਼ ਹੋਏ, ਕਈ ਸਾਰੇ ਗੱਲਾਂ ਦੇ ਉੱਤੇ ਵਿਚਾਰ ਵਟਾਂਦਰੇ ਉੱਥੇ ਜਦ ਕੀਤੇ ਗਏ, ਤਾਂ ਪੰਜਾਬ ਪਿਛੜਦਾ ਹੀ ਗਿਆ। ਲੇਕਿਨ ਤਰਾਜ਼ੀ ਰਹੀ ਹੈ ਵੀ ਕਿ ਸਾਨੂੰ ਪਛਾੜਿਆ ਵੀ ਗਿਆ, ਜਿੱਥੇ ਇੱਕ ਪਾਸੇ ਸਾਨੂੰ ਭਰੋਸਾ ਸਾਡੇ ਸਿਆਸੀ ਆਗੂਆਂ ਤੋਂ ਸੀਗਾ, ਸਾਡੇ ਸਿਆਸਤਦਾਨਾਂ ਤੋਂ ਸੀਗਾ, ਉਹਨਾਂ ਨੇ ਸਾਡੇ ਜ਼ਖਮਾਂ ਦੇ ਉੱਤੇ ਕੋਈ ਵੀ ਮੱਲਮ ਪੱਟੀ ਨਹੀਂ ਕੀਤੀ, ਬਲਕਿ ਉਹਨਾਂ ਜ਼ਖਮਾਂ ਨੂੰ ਹਜੇ ਤੱਕ ਵੀ ਖਾਲੀ ਛੱਡ ਦਿੱਤਾ। ਮੈਂ ਜ਼ਿਆਦਾ ਪਿੱਛੇ ਨਾ ਜਾਂਦਾ ਹੋਇਆ ਉਹਨਾਂ ਗੱਲਾਂ ਨੂੰ ਨਹੀਂ ਦੁਹਰਾਵਾਂਗਾ ਮੈਂ, ਕਿਉਂਕਿ ਉਹ ਨਹੀਂ ਚਾਹੁੰਦਾ ਕਿ ਉਹ ਗੱਲਾਂ ਹੁਣ ਯਾਦ ਕਰਾਈਆਂ ਜਾਣ ਫਿਰ ਅਸੀਂ ਉਹਨਾਂ ਦੇ ਉੱਤੇ ਹੀ ਸੀਮਿਤ ਰਹਿ ਜਾਈਏ। ਅੱਜ ਅਸੀਂ ਇਸ ਮੰਜ ਦੇ ਉੱਤੇ ਗੱਲ ਕਰਾਂਗੇ ਕਿਵੇਂ ਅਸੀਂ ਨਿਪਟਾਰਾ ਕਰ ਸਕਦੇ ਹਾਂ, ਸਾਡੇ ਹੱਥ ਦੇ ਵਿੱਚ ਕੀ ਹੈ ਜੇਕਰ ਅਸੀਂ ਸਿਆਸਤਦਾਨ ਸਮਝ ਜਾਣ ਤਾਂ। ਇਹਨਾਂ ਦੋਵਾਂ ਇਸ਼ੂਜ਼ ਨੂੰ ਅਸੀਂ ਰੱਖਾਂਗੇ, ਕਿਉਂਕਿ ਮੈਨੂੰ ਪਤਾ ਹੈ ਕਿ ਕਈ ਸਾਰੇ ਫੋਨ ਅੱਜ ਮੈਨੂੰ ਆਏ ਜਿਹਦੇ ਵਿੱਚ ਸਾਡੇ ਵਿਊਅਰਸ ਨੇ ਸਾਨੂੰ ਕਿਹਾ, ਕਈ ਸਾਰੇ ਈਮੇਲਸ ਵੀ ਸਾਨੂੰ ਆਈਆਂ ਕਿ ਸੁਖਜਿੰਦਰ ਰੰਧਾਵਾ ਨੇ ਜਿਹੜੀ ਹੈ ਗੁਰੂ ਨਾਨਕ ਦੇਵ ਜੀ ਬਾਰੇ ਗੱਲ ਕਹੀ ਹੈ, ਇਹ ਵਾਕਈ ਸੱਚ ਹੈਗੀ ਹੈ। ਲੇਕਿਨ ਜਦ ਅਸੀਂ ਸੁਖਜਿੰਦਰ ਰੰਧਾਵਾ ਹੋਰਾਂ ਦਾ ਬਿਆਨ ਜਾਣਿਆ ਤਾਂ ਉਹਨਾਂ ਨੇ ਕਿਹਾ ਕਿ ਇਹ ਐਡਿਟ ਵੀਡੀਓ ਹੈਗੀ ਹੈ, ਇਹ ਮੇਰੀ ਛਵੀ ਨੂੰ ਖਰਾਬ ਕੀਤਾ ਜਾ ਰਿਹਾ, ਮੇਰੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਵਿਰੋਧੀ ਧਿਰਾਂ ਵੱਲੋਂ ਕੀਤੀ ਜਾ ਰਹੀ ਹੈ, ਇਸ ਦੇ ਉੱਤੇ ਅਸੀਂ ਥੋੜ੍ਹਾ ਜਿਹੀ ਗੱਲ ਕਰ ਲਵਾਂਗੇ। ਲੇਕਿਨ ਜਿਹੜਾ ਮੇਨ ਅਸੀਂ ਅੱਜ ਇਸ਼ੂ ਇਸ ਮੰਚ ਦੇ ਉੱਤੇ ਲੈ ਕੇ ਆਏ ਹਾਂ ਉਹ ਪੰਜਾਬ ਦੀ ਇੰਡੈਕਸ ਦੀ ਰਿਪੋਰਟ ਜਿਹੜੀ ਕੇਂਦਰ ਸਰਕਾਰ ਵੱਲੋਂ ਆਈ ਹੈ, ਉਸ ਇੰਡੈਕਸ ਦੇ ਵਿੱਚ ਕਿੱਥੇ ਪੰਜਾਬ ਸਟੈਂਡ ਕਰਦਾ ਪੜ੍ਹਾਈ ਦੇ ਮਸਲਿਆਂ ਦੇ ਵਿੱਚ। ਮੈਂ ਪੜ੍ਹਾਈ ਦਾ ਮਸਲਾ ਨਹੀਂ ਕਹਾਂਗਾ ਇਹਨੂੰ, ਲੇਕਿਨ ਮੈਂ ਪੜ੍ਹਾਈ ਦੀ ਇਹ ਗੱਲ ਜ਼ਰੂਰ ਕਹਾਂਗਾ ਕਿ ਐਜੂਕੇਸ਼ਨ ਸੈਕਟਰ ਦੇ ਵਿੱਚ ਪੰਜਾਬ ਕਿੱਥੇ ਸਟੈਂਡ ਕਰਦਾ, ਇੰਪਲੋਇਮੈਂਟ ਸੈਕਟਰ ਦੇ ਵਿੱਚ ਕਿੱਥੇ ਸਟੈਂਡ ਕਰਦਾ, ਹੈਲਥ ਸੈਕਟਰ ਦੇ ਵਿੱਚ ਕਿੱਥੇ ਸਟੈਂਡ ਕਰਦਾ। ਜੇਕਰ ਮੈਂ ਗਵਰਨਮੈਂਟ ਅਦਾਰਿਆਂ ਦੀ ਗੱਲ ਕਰਾਂ ਤਾਂ ਉਹਨਾਂ ਦੇ ਵਿੱਚ ਕੀ ਕੁਝ ਰਿਫੋਰਮਸ ਜਿਹੜੀਆਂ ਨੇ ਉਹ ਲੈ ਕੇ ਆਈਆਂ ਗਈਆਂ ਹਨ, ਟੈਕਸ ਪੰਜਾਬ ਪੂਰਾ ਕਲੈਕਟ ਕਰ ਪਾਇਆ ਕਿ ਨਹੀਂ ਕਰ ਪਾਇਆ, ਜੇਕਰ ਟੈਕਸ ਕਲੈਕਟ ਨਹੀਂ ਕਰ ਪਾਇਆ ਤਾਂ ਕੀ ਕੁਝ ਕਮੀਆਂ ਰਹਿ ਗਈਆਂ। ਜੇਕਰ ਮੈਂ ਗਰੋਸ ਡੋਮੈਸਟਿਕ ਪ੍ਰੋਡਕਟ ਦੀ ਗੱਲ ਕਰਾਂ, GDP ਦੀ ਗੱਲ ਕਰਾਂ, ਤਾਂ ਉੱਥੇ ਕਿੱਥੇ ਪੰਜਾਬ ਸਟੈਂਡ ਕਰਦਾ, ਕੀ ਇਹਨਾਂ ਦੀ ਜਿਹੜੀ ਟੈਕਸ ਰਿਫੋਰਮੇਸ਼ਨ ਹੈਗੀ ਹੈ ਉਹਦੇ ਵਿੱਚ ਇਹਨਾਂ ਨੂੰ ਕੀ ਕੁਝ ਤਬਦੀਲੀਆਂ ਲਿਆਉਣ ਦੀ ਲੋੜ ਸੀਗੀ। ਫਾਰਮਿੰਗ ਸਭ ਤੋਂ ਅਹਿਮ ਬੈਕਬੋਨ ਪੰਜਾਬ ਦੀ, ਉਹ ਕਿਸ ਸਤਰ 'ਤੇ ਜਾ ਚੁੱਕੀ ਹੈ ਉਹਦੇ ਉੱਤੇ ਗੱਲ ਕਰਾਂਗੇ। ਕਿਵੇਂ ਪੰਜਾਬ ਇਕਨੋਮਿਕ ਗਰੋਥ ਦੇ ਵਿੱਚ ਸਭ ਤੋਂ ਅਹਿਮ ਸੂਬਾ ਹੋਣ ਦੇ ਬਾਵਜੂਦ ਵੀ ਸਭ ਤੋਂ ਪਿਛੜਿਆ ਹੋਇਆ ਸੂਬਾ ਬਣ ਚੁੱਕਿਆ, ਔਰ ਕਿਵੇਂ ਇਹਨਾਂ ਸਾਰੀ ਗੱਲਾਂ ਤੋਂ ਅਸੀਂ ਹਜੇ ਵੀ ਬਚ ਕੇ
ਬਾਹਰ ਨਿਕਲ ਸਕਦੇ ਹਾਂ। ਜੇਕਰ ਅੱਜ ਪੰਜਾਬ ਦੀ ਮਾਲੀ ਹਾਲਤ ਇੰਨੀ ਬੇਕਾਰ ਹੈਗੀ ਹੈ ਜਾਂ ਫਿਰ ਖਤਮ ਹੀ ਹੋ ਚੁੱਕੀ ਹੈ, ਪੰਜਾਬ ਦੇ ਕੋਲ ਪੈਸਾ ਹੀ ਨਹੀਂ ਹੈਗਾ, ਕਰਜ਼ਾ ਸਿਰ ਦੇ ਉੱਤੇ ਚੜਿਆ ਹੋਇਆ ਜਿਹਦੇ ਵਿੱਚ 2 ਲੱਖ ਕਰੋੜ ਜਿਵੇਂ ਕਿ ਅਸੀਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕਿ ਘੱਟੋ ਘੱਟ ਵਿਆਜ ਹੀ ਦੇਣਾ ਪੈਂਦਾ, ਅਤੇ ਕਿੱਥੇ ਪੰਜਾਬ ਸਰਵਾਈਵ ਕਰੇਗਾ ਕਿਉਂਕਿ ਉੱਥੇ ਹਜੇ ਤੱਕ ਪੈਨਸ਼ਨਾਂ ਨਹੀਂ ਦਿੱਤੀਆਂ ਜਾ ਰਹੀਆਂ। ਸਰਕਾਰੀ ਸਕੂਲ ਜਿਹੜੇ ਨੇ ਉਹਨਾਂ ਦੇ ਅਧਿਆਪਕਾਂ ਨੂੰ ਸਮੇਂ ਸਿਰ ਜਿਹੜੀ ਸੈਲਰੀਆਂ ਨੇ ਉਹ ਵੀ ਨਹੀਂ ਮਿਲ ਪਾ ਰਹੀਆਂ, 3-3, 4-4 ਮਹੀਨੇ ਡਿਲੇਅ ਹੁੰਦੀਆਂ ਹਨ। ਜੇਕਰ ਮੈਂ ਹੋਸਪਿਟਲਾਂ ਦੀ ਗੱਲ ਕਰ ਲਵਾਂ ਤਾਂ ਉੱਥੇ ਵੀ ਵਧੀਆ ਜਿਹੜੀ ਸੁਵਿਧਾਵਾਂ ਹਨ ਉਹ ਨਹੀਂ ਮਿਲ ਪਾ ਰਹੀਆਂ ਹਨ। ਪੈਨਸ਼ਨਸ ਦੀ ਅਗਰ ਮੈਂ ਬਜ਼ੁਰਗਾਂ ਦੀ ਗੱਲ ਕਰ ਲਵਾਂ ਤਾਂ ਪੈਨਸ਼ਨਸ ਵੀ ਨਹੀਂ ਮਿਲ ਪਾ ਰਹੀਆਂ ਹਨ। ਜੇਕਰ ਇਹ ਬੇਸਿਕ ਨੈਸੈਸਿਟੀ ਹੀ ਪੰਜਾਬ ਦੇ ਵਸਨੀਕਾਂ ਦੀ ਪੂਰੀਆਂ ਨਹੀਂ ਹੋ ਪਾ ਰਹੀਆਂ ਹਨ ਤਾਂ ਕਿਵੇਂ ਅਸੀਂ ਡਿਵਲਪਮੈਂਟ ਦੀ ਗੱਲ ਕਰਾਂਗੇ, ਕਿਵੇਂ ਅਸੀਂ MNCs ਦੀ ਗੱਲ ਕਰਾਂਗੇ, ਕਿਵੇਂ ਅਸੀਂ ਰੋਜ਼ਗਾਰ ਮੁਹੱਈਆ ਕਰਾਉਣ ਦੀ ਗੱਲ ਕਰਾਂਗੇ, ਕਿਵੇਂ ਅਸੀਂ ਸਿੱਖਿਆ ਦੇ ਮਿਆਰ ਨੂੰ ਵਧਾਉਣ ਦੀ ਗੱਲ ਕਰਾਂਗੇ, ਤਾਂ ਇਹ ਵੱਡੇ ਸਵਾਲ ਬਣਦੇ ਹਨ। ਅਗਰ ਹੋ ਸਕਦਾ ਤਾਂ ਕਿਵੇਂ ਹੋ ਸਕਦਾ, ਜੋ ਹੋ ਗਿਆ ਸੋ ਹੋ ਗਿਆ, ਲੇਕਿਨ ਉਸ ਤੋਂ ਨਿਕਲਿਆ ਕਿਵੇਂ ਜਾ ਸਕਦਾ, ਇਹ ਅੱਜ ਅਸੀਂ ਸੁਨੇਹਾ ਉਹਨਾਂ ਸਿਆਸਤਦਾਨਾਂ ਦੇ ਕੰਨਾਂ ਦੇ ਵਿੱਚ ਜ਼ਰੂਰ ਪਹੁੰਚਾਉਣਾ ਚਾਹਾਂਗੇ ਔਰ ਉਹਨਾਂ ਔਰਗਨਾਈਜੇਸ਼ਨਸ ਦੇ ਕੰਨਾਂ ਦੇ ਵਿੱਚ ਜ਼ਰੂਰ ਪਹੁੰਚਾਉਣਾ ਚਾਹਾਂਗੇ ਕਿ ਇਹ ਨਾਮੁਮਕਿਨ ਨਹੀਂ, ਮੁਮਕਿਨ ਹੈ ਜੇਕਰ ਤੁਹਾਡੀ ਨੀਅਤ ਦੇ ਵਿੱਚ ਵਾਕਈ ਹੀ ਪੰਜਾਬ ਨੂੰ ਪ੍ਰੋਗਰੈਸਿਵ ਬਣਾਉਣ ਦੀ ਕਵਾਇਦ ਹੈ। ਇਹੀ ਹੈ ਅੱਜ ਦਾ ਮੁੱਦਾ, ਇਹਨਾਂ ਦੋਵਾਂ ਮਸਲਿਆਂ ਦੇ ਉੱਤੇ ਕਰਾਂਗੇ ਵਿਚਾਰ। ਮਿਲਦੇ ਹਾਂ ਬ੍ਰੇਕ ਤੋਂ ਉਸ ਪਾਰ। ਅਤੇ ਜਿਵੇਂ ਕਿ ਅਸੀਂ ਬ੍ਰੇਕ ਤੋਂ ਜਾਣ ਤੋਂ ਪਹਿਲਾਂ ਗੱਲ ਕੀਤੀ ਸੀ ਕਿ ਇਸ ਸਾਲ ਦੇ ਅਖੀਰਲੇ ਦਿਨ ਅਸੀਂ ਜ਼ਰੂਰ ਗੱਲ ਕਰਾਂਗੇ ਕੀ ਕੁਝ ਵਾਪਰਿਆ ਪੰਜਾਬ ਦੇ ਵਿੱਚ ਔਰ ਬਾਕਾਇਦਾ ਤੌਰ ਦੇ ਉੱਤੇ ਯੂਨਾਈਟਡ ਸਟੇਟਸ ਆਫ ਅਮੈਰੀਕਾ ਦੀ ਧਰਤੀ ਦੇ ਉੱਤੇ, ਅਤੇ ਕਈ ਸਾਰੀਆਂ ਖਬਰਾਂ ਜਿਹੜੀਆਂ ਉਹਨਾਂ ਨੇ ਜਗ੍ਹਾ ਬਣਾਈਆਂ। ਲੇਕਿਨ ਮੈਂ ਅਗਰ ਪੰਜਾਬ ਦੀ ਗੱਲ ਕਰ ਲਵਾਂ, ਜਿੱਥੇ ਬੇਅਦਬੀ ਮਾਮਲੇ ਨੂੰ ਲੈ ਕੇ ਜਿਹੜੀ ਸ਼੍ਰੋਮਣੀ ਅਕਾਲੀ ਦਲ ਹੈਗੀ ਹੈ ਉਹ ਘਿਰਦੀ ਹੋਈ ਨਜ਼ਰ ਆਈ, ਕਰਤਾਰਪੁਰ ਕੋਰੀਡੋਰ ਦਾ ਮਸਲਾ ਰਿਹਾ, ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਕਈ ਅਹਿਮ ਮਸਲੇ ਰਹੇ, ਆਮ ਆਦਮੀ ਪਾਰਟੀ ਨੂੰ ਰਿਹਾ, ਆਮ ਆਦਮੀ ਪਾਰਟੀ ਨੂੰ ਲੈ ਕੇ ਜਿਹੜਾ ਬਾਕਾਇਦਾ ਤੌਰ ਦੇ ਉੱਤੇ ਉਹਨਾਂ ਦੀ ਪ੍ਰਧਾਨਗੀ ਨੂੰ ਲੈ ਕੇ ਮੁੱਦਾ ਜਿਹੜਾ ਸੀਗਾ 2019 ਦੇ ਵਿੱਚ ਸਭ ਤੋਂ ਅਹਿਮ ਰਿਹਾ। ਉਸ ਤੋਂ ਬਾਵਜੂਦ ਮੈਂ ਜੇਕਰ ਸਤਲੁਜ ਯਮੁਨਾ ਲਿੰਕ ਦੀ ਗੱਲ ਕਰ ਲਵਾਂ, SYL ਦੀ ਗੱਲ ਕਰ ਲਵਾਂ, ਤਾਂ ਕਈ ਸਾਰੀਆਂ ਦਲੀਲਾਂ ਜਿਹੜੀਆਂ ਉਹ ਹਾਈ ਕੋਰਟ ਦੇ ਵਿੱਚ ਸੁਣਨ ਨੂੰ ਮਿਲੀਆਂ। ਆਰੋਪ ਪ੍ਰਤੀਆਰੋਪ ਦੀ ਰਾਜਨੀਤੀ ਵਿਧਾਨ ਸਭਾ ਇਜਲਾਸ ਦੇ ਵਿੱਚ ਵੀ ਸੁਣਨ ਨੂੰ ਮਿਲੀਆਂ, ਅਤੇ ਅਹਿਮ ਇਸ਼ੂ ਜਿਹੜੇ ਪੰਜਾਬ ਦੀ ਸਿਆਸਤ ਨਾਲ ਸੰਬੰਧਿਤ ਸੀਗੇ ਉਹਨਾਂ ਸਾਰੇ ਇਸ਼ੂਜ਼ ਨੂੰ ਅਸੀਂ ਇਸ ਮੰਚ ਦੇ ਉੱਤੇ ਬਖੂਬੀ ਲੈ ਕੇ ਵੀ ਆਏ ਔਰ ਉਹਦੇ ਉੱਤੇ ਅਸੀਂ ਚਾਨਣਾ ਵੀ ਪਾਇਆ। ਹੁਣ ਜਾਂਦੇ ਜਾਂਦੇ ਕਈ ਸਾਰੇ ਅਹਿਮ ਮਸਲੇ ਜਿਹੜੇ ਨੇ ਉਹ ਮੁੜ ਤੋਂ 2020 ਦੇ ਵਿੱਚ ਉੜੀਕੇ ਜਾਣਗੇ ਔਰ ਬਾਕਾਇਦਾ ਤੌਰ ਦੇ ਉੱਤੇ ਉਹਨਾਂ ਦੇ ਉੱਤੇ ਵੀ ਗੱਲ ਹੁੰਦੀ ਹੋਈ ਜਿਹੜੀ ਹੈ ਉਹ ਨਜ਼ਰ ਆਏਗੀ। ਲੇਕਿਨ ਜਿਵੇਂ ਕਿ ਅਸੀਂ ਤੁਹਾਨੂੰ ਦੱਸ ਰਹੇ ਸੀਗੇ ਕਿ ਜਿਹੜਾ ਹਾਲ ਫਿਲਹਾਲ ਦੇ ਵਿੱਚ ਪੰਜਾਬ ਇੰਡੈਕਸ ਯਾਨੀ ਕਿ ਇੰਡੈਕਸ ਜਿਹੜਾ ਆਇਆ ਜਿਹੜਾ ਕੇਂਦਰ ਸਰਕਾਰ ਵੱਲੋਂ ਗੁੱਡ ਗਵਰਨੈਂਸ ਨੂੰ ਲੈ ਕੇ ਹੁੰਦਾ, ਉੱਥੇ ਪੰਜਾਬ ਕਿੱਥੇ ਸਟੈਂਡ ਕਰਦਾ, ਵੱਖ ਵੱਖ ਡਿਵਲਪਮੈਂਟਸ ਦੀ ਅਗਰ ਮੈਂ ਗੱਲ ਕਰਾਂ ਤਾਂ ਕਿੱਥੇ ਅੱਜ ਵੀ ਪੰਜਾਬ ਦੇ ਵਿੱਚ ਕਮੀ ਹੈਗੀ ਹੈ, ਗੁਆਂਢੀ ਮੁਲਕਾਂ ਤੋਂ ਕੀ ਕੁਛ ਸਾਨੂੰ ਸਿੱਖਣਾ ਚਾਹੀਦਾ। ਉੱਥੇ ਦੂਜੇ ਪਾਸੇ ਇੱਕ ਨਿਊਜ਼ ਹੋਰ ਵੀ ਵਾਇਰਲ ਹੋ ਰਹੀ ਹੈ, ਸੁਖਜਿੰਦਰ ਰੰਧਾਵਾ ਜਿਹੜੇ ਨੇ ਕੈਬਨਿਟ ਮੰਤਰੀ ਪੰਜਾਬ ਦੇ, ਉਹਨਾਂ ਵੱਲੋਂ ਇੱਕ ਬਿਆਨ ਦਿੱਤਾ ਗਿਆ ਇਹ ਵਿਰੋਧੀ ਧਿਰਾਂ ਵੱਲੋਂ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਔਰ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਦੇ ਉੱਤੇ ਇਲਜ਼ਾਮ ਲਗਾਏ ਗਏ, ਇੱਕ ਵੀਡੀਓ ਬਾਕਾਇਦਾ ਤੌਰ ਦੇ ਉੱਤੇ ਵਾਇਰਲ ਹੋਈ। ਲੇਕਿਨ ਜਦ ਸੁਖਜਿੰਦਰ ਰੰਧਾਵਾ ਹੋਰਾਂ ਤੋਂ ਇਸ ਮੁਤਲਕ ਸਵਾਲ ਕੀਤੇ ਗਏ ਤਾਂ ਉਹਨਾਂ ਨੇ ਕਿਹਾ ਕਿ ਇਹ ਮੇਰੀ ਛਵੀ ਨੂੰ ਖਰਾਬ ਕਰਨ ਦੀ ਜਿਹੜੀ ਸਾਜਿਸ਼ ਰਚੀ ਜਾ ਰਹੀ ਹੈ ਵਿਰੋਧੀ ਧਿਰਾਂ ਵੱਲੋਂ, ਨਾਲ ਹੀ ਇਹ ਜਿਹੜੀ ਵੀਡੀਓ ਹੈਗੀ ਹੈ ਐਡੀਟਿਡ ਵੀਡੀਓ ਹੈਗੀ ਹੈ, ਇਹ ਵੀਡੀਓ ਜਿਹੜੀ ਹੈਗੀ ਹੈ ਉਹ ਸਮਰ ਦੇ ਵਿੱਚ ਅੱਜ ਤੋਂ 2 ਸਾਲ ਪਹਿਲਾਂ ਕਿੱਥੇ ਸ਼ੂਟ ਹੋਈ ਸੀਗੀ, ਲੇਕਿਨ ਇਹ ਬਿਆਨ ਮੇਰੇ ਨਹੀਂ ਹਨ, ਇਹ ਤੋੜ ਮਰੋੜ ਕੇ ਜਿਹੜੀ ਵੀਡੀਓ ਹੈ ਇਹਨੂੰ ਵਾਇਰਲ ਕੀਤਾ ਜਾ ਰਿਹਾ, ਮੇਰੀ ਛਵੀ ਨੂੰ ਖਰਾਬ ਕੀਤਾ ਜਾ ਰਿਹਾ। ਇੱਕ ਵਾਰੀ ਮੈਂ ਆਪਣੀ ਟੈਕਨੀਕਲ ਟੀਮ ਨੂੰ ਦਰਖਵਾਸਤ ਕਰਾਂਗਾ ਕਿ ਇੱਕ ਵੀਡੀਓ ਅਸੀਂ ਇੱਕ ਵਾਰੀ ਦਰਸ਼ਕਾਂ ਨੂੰ ਦਿਖਾ ਦਈਏ, ਫਿਰ ਉਸ ਉੱਤੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਵੀ ਹਨ ਜਿਹੜੇ ਯੂਨਾਈਟਿਡ ਸਟੇਟਸ ਆਫ ਅਮੈਰੀਕਾ ਦੇ ਵਿੱਚ ਰਹਿੰਦੇ ਹਨ ਔਰ ਅਕਾਲੀ ਦਲ ਦੇ ਨਾਲ ਸੰਬੰਧ ਰੱਖਦੇ ਹਨ, ਉਹਨਾਂ ਦੇ ਕੀ ਕੁਝ ਪ੍ਰਤੀਕਰਮ ਹਨ ਉਹਨਾਂ ਨੂੰ ਵੀ ਸੁਣਾਂਗੇ। ਲੇਕਿਨ ਫਿਲਹਾਲ ਮੈਂ ਵੀਡੀਓ ਇੱਕ ਵਾਰੀ ਚਾਹੁੰਦਾ ਕਿ ਦਰਸ਼ਕਾਂ ਨੂੰ ਅਸੀਂ ਜ਼ਰੂਰ ਦਿਖਾਈਏ। ਦੂਰੋਂ ਵੇਖੇ ਤੇ ਕੈਪਟਨ ਸਾਹਿਬ ਨੀ ਲੱਗਦੇ, ਸੋ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਸੁਖਜਿੰਦਰ ਰੰਧਾਵਾ ਜਿਹੜੇ ਨੇ ਉਹ ਆਪਣੇ ਨਾਲ ਜਿਹੜੇ ਉਹਨਾਂ ਦੇ ਕੋਲੀਗਸ ਹੋਣਗੇ ਜਾਂ ਜੋ ਉਹਨਾਂ ਦੇ ਦਫ਼ਤਰ ਦੇ ਵਿੱਚ ਕੰਮ ਕਰਦੇ ਹੋਣਗੇ ਜਾਂ ਫਿਰ ਜਿਹੜੇ ਹੋਰ MLA ਸਾਹਿਬਾਨ ਹੋਣਗੇ ਉਹਨਾਂ ਦੇ ਨਾਲ ਖੜ੍ਹੇ ਹਨ,
ਅਤੇ ਉਹਨਾਂ ਦੇ ਹੱਥ ਦੇ ਵਿੱਚ ਇੱਕ ਪੇਪਰ ਫੜਿਆ ਹੋਇਆ, ਜਿਸ ਪੇਪਰ ਨੂੰ ਉਹ ਫੜ ਕੇ ਕਹਿੰਦੇ ਹਨ ਕਿ ਇਹ ਜਿਹੜੀ ਫੋਟੋ ਹੈਗੀ ਹੈ ਇਹ ਕੈਪਟਨ ਜਿਹੜੇ ਗੁਰੂ ਨਾਨਕ ਦੇਵ ਜੀ ਨੇ ਉਹ ਕੈਪਟਨ ਅਮਰਿੰਦਰ ਸਿੰਘ ਲੱਗ ਰਹੇ ਨੇ, ਔਰ ਕੈਪਟਨ ਅਮਰਿੰਦਰ ਸਿੰਘ ਜਿਹੜੇ ਨੇ ਉਹ ਗੁਰੂ ਨਾਨਕ ਦੇਵ ਜੀ ਲੱਗ ਰਹੇ ਨੇ, ਮੈਂ ਮਾਫ਼ੀ ਚਾਹਾਂਗਾ। ਅਤੇ ਨਾਲ ਪੇਪਰ ਦੇ ਵਿੱਚ ਉਹ ਦੇਖਦੇ ਹੋਏ ਇਹ ਵੀ ਕਹਿ ਰਹੇ ਹਨ ਕਿ ਜਿਹੜੀ ਤਸਵੀਰ ਹੈਗੀ ਹੈ ਗੁਰੂ ਨਾਨਕ ਦੇਵ ਜੀ ਦੀ ਉਹ ਸਿਮਿਲਰ ਹੈਗੀ ਹੈ, ਕਿੱਥੇ ਨਾ ਕਿੱਥੇ ਉਹ ਕੈਪਟਨ ਅਮਰਿੰਦਰ ਸਿੰਘ ਵਾਂਗ ਲੱਗ ਰਹੇ ਹਨ। ਤਾਂ ਇਹ ਕਾਫੀ ਸਾਰੀ ਜਿਹੜੇ ਤੁਸੀਂ ਵੇਖ ਸਕਦੇ ਹੋ ਵੀਡੀਓ ਦੇ ਵਿੱਚ ਹਸੀ ਮਜ਼ਾਕ ਹੋ ਰਿਹਾ ਅਤੇ ਪਿੱਛੋਂ ਆਵਾਜ਼ ਵੀ ਆ ਰਹੀ ਹੈ ਗੁਰੂ ਨਾਨਕ ਦੇਵ ਜੀ ਦਾ ਦੂਜਾ ਰੂਪ। ਲੇਕਿਨ ਸੁਖਜਿੰਦਰ ਰੰਧਾਵਾ ਵੱਲੋਂ ਇਹ ਗੱਲ ਸਪਸ਼ਟ ਕੀਤੀ ਗਈ ਹੈ ਕਿ ਇਹ ਡਾਕਟਰੇਟ ਜਿਹੜੀ ਹੈਗੀ ਹੈ ਵੀਡੀਓ ਹੈਗੀ ਹੈ ਇਹਨੂੰ ਐਡਿਟ ਕੀਤਾ ਗਿਆ, ਇਹਦੇ ਵਿੱਚ ਕੋਈ ਵੀ ਆਧਾਰ ਨਹੀਂ ਹੈਗਾ, ਇਹ ਮੇਰੀ ਛਵੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿੱਥੇ ਉਹਨਾਂ ਨੇ ਦੂਜੇ ਪਾਸੇ ਮਾਣਹਾਨੀ ਦਾ ਕੇਸ ਕਈ ਸਾਰੇ ਲੋਕਾਂ ਦੇ ਉੱਤੇ ਵੀ ਕੀਤਾ ਹੈਗਾ, ਔਰ ਜਿਨ੍ਹਾਂ ਨੇ ਇਸ ਵੀਡੀਓ ਨੂੰ ਵਾਇਰਲ ਕੀਤਾ ਉਹਨਾਂ ਦੇ ਉੱਤੇ ਵੀ ਡੈਫੇਮੇਸ਼ਨ ਦਾ ਕੇਸ ਸੁਖਜਿੰਦਰ ਰੰਧਾਵਾ ਵੱਲੋਂ ਲਾਇਆ ਗਿਆ। ਉੱਥੇ ਦੂਜੇ ਪਾਸੇ ਜਿਹੜੇ ਔਰਗਨਾਈਜੇਸ਼ਨਸ ਇਸ ਤੋਂ ਆਹਤ ਹੋਈਆਂ ਹਨ, ਜਿਨ੍ਹਾਂ ਦੇ ਸੈਂਟੀਮੈਂਟਸ ਹਰਟ ਹੋਏ ਹਨ, ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਵਿੱਚ ਜਾਣ ਦੀ ਗੱਲ ਵੀ ਕਹੀ ਹੈ, ਅਤੇ ਨਾਲ ਹੀ ਉਹਨਾਂ ਨੇ ਪੁਲਿਸ ਦੇ ਉੱਤੇ ਦਬਾਅ ਬਣਾਉਣ ਦੀ ਵੀ ਗੱਲ ਕਹੀ ਹੈ ਕਿ ਅਸੀਂ ਪੁਲਿਸ ਦੇ ਕੋਲ ਜਾਵਾਂਗੇ, ਪਰਚਾ ਦਰਜ ਕਰਾਵਾਂਗੇ। ਬਕਾਇਦਾ ਪਰਚਾ ਦਰਜ ਕਰਾਇਆ ਵੀ ਗਿਆ। ਇੱਕ ਵਾਰੀ ਅਸੀਂ ਉਹਨਾਂ ਨੂੰ ਵੀ ਸੁਣ ਲੈਂਦੇ ਹਾਂ ਜਿਨ੍ਹਾਂ ਨੇ ਇਹਨਾਂ ਦੇ ਉੱਤੇ ਪਰਚਾ ਦਰਜ ਕਰਵਾਇਆ। ਅਤੇ ਜਿਹੜੇ ਪਰਚਾ ਦਰਜ ਕਰਵਾਉਣ ਗਏ ਸੀਗੇ ਉਹ ਕੀ ਕੁਝ ਕਹਿੰਦੇ ਹੋਏ ਮੀਡੀਆ ਨੂੰ ਨਜ਼ਰ ਆਏ, ਅਸੀਂ ਉਹਨਾਂ ਨੂੰ ਵੀ ਇੱਕ ਵਾਰੀ ਸੁਣ ਲੈਂਦੇ ਹਾਂ। ਉਸ ਤੋਂ ਬਾਅਦ ਮੇਰੇ ਨਾਲ ਫੋਨ ਲਾਈਨ ਦੇ ਉੱਤੇ ਦੋ ਬੁਲਾਰੇ ਵੀ ਮੌਜੂਦ ਹਨ, ਉਹਨਾਂ ਨੂੰ ਵੀ ਅਸੀਂ ਸੁਣਾਂਗੇ। ਨੇ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਇੱਕ ਮੁੱਖ ਮੰਤਰੀ ਤੁਲਨਾ ਕੀਤੀ ਅਤੇ ਮਜ਼ਾਕ ਕੀਤੀ, ਆਪਣੇ ਸੱਜਣਾ ਮਿੱਤਰਾਂ ਦਾ ਹੱਸਦਾ ਤੁਹਾਨੂੰ ਸਾਰਿਆਂ ਨੂੰ ਵਿਖਾਈ ਦਿੰਦਾ। ਇਹ ਕਰਕੇ ਸਾਡੇ ਸਿੱਖਾਂ ਦੇ ਜਿਹੜੇ ਮਨ ਆ ਉਹ ਬੜੇ ਦੁਖੀ ਹੋਏ ਆ, ਅਤੇ ਦੁਖੀ ਮਨ ਦੇ ਨਾਲ ਅਸੀਂ ਅੱਜ ਇਹ ਦਰਖਾਸਤ ਦੇਣ ਆਏ ਹਾਂ। ਪ੍ਰਣਾਮ ਸਿੰਘ ਸੂਦ ਜਥੇਬੰਦੀਆਂ ਦੇ ਨਾਲ ਆਪਾਂ ਆਏ ਸੀ, ਉਹਨਾਂ ਨੇ ਇੱਕ ਮਾਨਯੋਗ ਸੁਖਜਿੰਦਰ ਸਿੰਘ ਰੰਧਾਵਾ ਦੇ ਖਿਲਾਫ ਇੱਕ ਕਰ ਦਿੱਤੀ ਹੈ ਜੋ ਐਸ ਐਫ ਸਾਹਿਬ ਦੇ ਨਾਂ 'ਤੇ ਹੈ। ਸਾਹਿਬ ਆਉਂਦੇ ਮੈਂ ਉਹਨਾਂ ਨੂੰ ਪੁੱਟ ਕਰ ਦਿੰਦਾ। ਸਰ ਕੀ ਦਰਖਾਸਤ ਦਿੱਤੀ ਗਈ ਉਹਨਾਂ ਵੱਲੋਂ, ਕੀ ਲਿਖਿਆ ਗਿਆ? ਉਹਨਾਂ ਨੇ ਜਿਹੜੀ ਵੀਡੀਓ ਵਾਇਰਲ ਹੋਈ ਹੈ ਉਸ ਮੈਂ ਤਾਂ ਹੁਣ ਮੇਰੇ ਨਾਲ ਫੋਨ ਲਾਈਨ ਦੇ ਉੱਤੇ ਮੌਜੂਦ ਹਨ ਭੁਪਿੰਦਰ ਸਿੰਘ ਖਾਲਸਾ ਮਿਸ਼ੀਗਨ ਤੋਂ, ਨਾਲ ਹੀ ਹਰਜੀਤ ਸਿੰਘ ਹੁੰਦਲ ਵਰਜੀਨੀਆ ਤੋਂ। ਦੋਵਾਂ ਦਾ ਮੈਂ ਇਸ ਮੰਚ ਦੇ ਉੱਤੇ ਸਵਾਗਤ ਕਰਦਾ। ਸਭ ਤੋਂ ਪਹਿਲਾਂ ਸਵਾਲ ਭੁਪਿੰਦਰ ਸਿੰਘ ਖਾਲਸਾ ਜੀ, ਮੈਂ ਤੁਹਾਡੇ ਤੋਂ ਲੈਣਾ ਚਾਹਾਂਗਾ, ਇਸ ਵੀਡੀਓ ਨੂੰ ਵੇਖ ਕੇ ਤੁਹਾਡੇ ਕੀ ਪ੍ਰਤੀਕਰਨ ਹਨ? ਉੱਥੇ ਹੀ ਦੂਜੇ ਪਾਸੇ ਜਿਵੇਂ ਕਿ ਅਸੀਂ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਤੋਂ ਇਹ ਸਵਾਲ ਕੀਤੇ ਤਾਂ ਉਹਨਾਂ ਨੇ ਕਿਹਾ ਕਿ ਇਹ ਜਿਹੜੀ ਵੀਡੀਓ ਹੈਗੀ ਹੈ ਐਡਿਟ ਹੈਗੀ ਹੈ, ਇਹਦੇ ਵਿੱਚ ਸਿੱਖਾਂ ਦੀਆਂ ਭਾਵਨਾਵਾਂ ਨੂੰ ਮੈਂ ਠੇਸ ਨਹੀਂ ਪਹੁੰਚਾਉਣਾ ਚਾਹੁੰਦਾ। ਬਕਾਇਦਾ ਇਸ ਵੀਡੀਓ ਨੂੰ ਵੇਖ ਕੇ ਮੇਰੀ ਵੀ ਭਾਵਨਾਵਾਂ ਠੇਸ ਮੇਰੀ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ, ਤਾਂ ਤੁਸੀਂ ਕੀ ਕਹਿਣਾ ਚਾਹੋਗੇ? ਅਨਵਾਲੀਆ ਸਾਹਿਬ, ਸਭ ਤੋਂ ਪਹਿਲਾਂ ਤਾਂ ਮੈਂ ਜਸ ਪੰਜਾਬੀ ਦੇ ਸਮੂਹ ਦਰਸ਼ਕਾਂ ਨੂੰ ਫਤਿਹ ਅਰਜ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਨਵਾਲੀਆ ਸਾਹਿਬ, ਇਹ ਜਿਹੜੀ ਵੀਡੀਓ ਵਾਇਰਲ ਹੋਈ ਆ, ਵੇਖੋ ਇਹ ਜੋ ਮਰਜ਼ੀ ਰੰਧਾਵਾ ਸਾਹਿਬ ਕਹੀ ਜਾ, ਇਹ ਜਦੋਂ ਇਹੋ ਜਿਹੀ ਗੱਲ ਬੰਦਾ ਕਰ ਪੈਂਦਾ ਤੇ ਜਦੋਂ ਉਹਦਾ ਪ੍ਰੂਫ ਬਣ ਜਾਂਦਾ ਔਰ ਉਸ ਤੋਂ ਬਾਅਦ ਉਹ ਆਪਣੀਆਂ ਸਫਾਈਆਂ ਦੇਣੀਆਂ ਸ਼ੁਰੂ ਕਰ ਦਿੰਦਾ, ਇਹ ਸਾਡੀ ਬੜੀ ਬਦਕਿਸਮਤੀ ਆ ਸਿੱਖ ਕੌਮ ਦੀ ਅੱਜ ਦੀ ਤਰੀਕ 'ਚ, ਕਿ ਸਮੇਂ ਸਮੇਂ ਤੇ ਅੱਜ ਇਹ ਨਹੀਂ ਕਿ ਇਕੱਲਾ ਸੁਖੀ ਰੰਧਾਵਾ ਹੀ ਇਸ ਪਾਸੇ ਨੂੰ ਬੋਲ ਗਿਆ, ਬੜੇ ਬੜੇ ਜਿਹੜੇ ਆਪਣੇ ਆਪ ਨੂੰ ਬਹੁਤ ਵੱਡੇ ਵੱਡੇ ਪ੍ਰਚਾਰਕ, ਵੱਡੇ ਵੱਡੇ ਆਪਣੇ ਆਪ ਨੂੰ ਮਹਾਂਪੁਰਸ਼ ਇਸ ਤਰ੍ਹਾਂ ਦੇ ਲੀਡਰ ਇਹੋ ਜਿਹੀਆਂ ਗਲਤੀਆਂ ਕਰੀ ਜਾ ਰਹੇ ਨੇ ਕਿ ਸਾਡੀ ਸਿੱਖ ਕੌਮ ਜਿਹੜੀ ਆ ਧਰਾਤਲ ਵੱਲ ਨੂੰ ਤੁਰ ਪਈ ਹੈ ਜੀ। ਮੈਂ ਥੋੜਾ ਸਮਾਂ ਤੁਹਾਨੂੰ ਪਿੱਛੇ ਨੂੰ ਲੈ ਕੇ ਜਾਵਾਂ, ਜੇ ਪਹਿਲੇ ਸਮੇਂ ਵੱਲ, ਕਿ ਪਹਿਲਾਂ ਤੇ ਮੈਂ ਜਿਹੜੀਆਂ ਸ਼ਹਾਦਤਾਂ ਦਾ ਦਿਹਾੜਾ ਲੰਘੇ ਆ, ਮੈਂ ਪ੍ਰਣਾਮ ਕਰਦਾ ਹੋਇਆ ਸ਼ਹਾਦਤਾਂ ਨੂੰ, ਉਹਨਾਂ ਨੂੰ ਨਤਮਸਤਕ ਹੁੰਦਾ। ਪਰ ਮੈਂ ਗੱਲ ਕਰਦਾ ਕਿ ਸਿੱਖ ਕੌਮ ਦੇ ਵਿੱਚ, ਖਾਲਸਾ ਪੰਥ ਦੇ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਾਣ ਤੋਂ ਬਾਅਦ ਜੀ ਇੱਕ ਖਲਾ ਜਿਹਾ ਪੈਦਾ ਹੋਇਆ, ਪਰ ਅੱਜ ਵਰਗੀ ਨਿਰਾਸ਼ਤਾ ਨਹੀਂ ਸੀ ਕਦੀ ਆਈ। ਖਾਲਸਾ ਪੰਥ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਰਹਿਨਮਾਈ ਹੇਠ ਮੁਗਲ ਰਾਜ ਦਾ ਖਾਤਮਾ ਕੀਤਾ ਜੀ। ਭੁਪਿੰਦਰ ਜੀ ਬਿਲਕੁਲ, ਅਸੀਂ 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 ਇਤਿਹਾਸ ਨੂੰ ਬਖੂਬੀ ਜਾਣਦੇ ਹਾਂ, ਲੇਕਿਨ ਮੈਂ ਚਾਹੁੰਦਾ ਕਿ ਇਹਦੇ ਉੱਤੇ ਤੁਸੀਂ ਆਪਣੇ ਪ੍ਰਤੀਕਰਮ ਦਿਓ ਇਸ ਵੀਡੀਓ ਨੂੰ ਵੇਖ ਕੇ। ਮੈਂ ਅੱਜ ਦੇ ਜਿਹੜਾ ਮਾਹੌਲ ਸਾਡਾ ਬਣਿਆ, ਮੈਂ ਉਹਦੇ ਤੇ ਤੁਹਾਨੂੰ ਦੋ ਲਾਈਨਾਂ ਜੀ ਲੈ ਆਉਣਾ। ਹਾਂ,
ਔਰ ਸਾਰਾ ਜਿਹੜਾ ਅਜੋਕਾ ਸਮਾਂ ਉਹ ਇਤਿਹਾਸ ਦੇ ਬਾਰੇ ਮੈਂ ਸਾਰੇ ਲੋਕ ਜਾਣਦੇ ਆ ਜੀ, ਖਾਲਸਾ ਪੰਥ ਕਦੀ ਨਿਰਾਸ਼ ਨਹੀਂ ਸੀ ਹੋਇਆ। ਤੁਹਾਨੂੰ ਲੱਗਦਾ ਕਿ ਇਸ ਵੀਡੀਓ ਤੋਂ ਬਾਅਦ ਖਾਲਸਾ ਪੰਥ ਨਿਰਾਸ਼ ਹੋ ਗਿਆ? ਇਸ ਵੀਡੀਓ ਤੋਂ ਬਾਅਦ ਨਿਰਾਸ਼ ਨਹੀਂ ਹੋਇਆ। ਹਾਂਜੀ, ਸਾਡੀਆਂ ਜਿਹੜੀਆਂ ਕਾਰਜਕਾਰੀਆਂ ਨੇ ਪਿਛਲੇ ਸਮੇਂ ਦੀਆਂ, ਹਾਂਜੀ, ਚਾਹੇ ਉਹ ਮੈਨੂੰ ਕਹਿਣ ਚ ਕੋਈ ਗਰੇਜ ਨਹੀਂ, ਚਾਹੇ ਉਹ ਸਾਡਾ ਰਾਜ ਰਿਹਾ ਹੋਵੇ, ਚਾਹੇ ਉਹ ਕਾਂਗਰਸ ਦਾ ਰਾਜ ਰਿਹਾ ਹੋਵੇ, ਅੱਜ ਪੰਜਾਬ ਦੇ ਵਿੱਚ ਖਾਲਸਾ ਪੰਥ ਦੇ ਵਿੱਚ ਇੱਕ ਨਿਰਾਸ਼ਾ ਦਾ ਆਲਮ ਹੈ ਔਰ ਉਸ ਦੇ ਬਾਰੇ ਜਿਹੜਾ ਚਿੰਤਨ ਕਰਨਾ ਬਹੁਤ ਜ਼ਰੂਰੀ ਹੈ। ਠੀਕ ਹੈ, ਠੀਕ ਹੈ। ਔਰ ਇਹ ਇਹ ਰੰਧਾਵਾ ਸਾਹਿਬ ਨੇ ਜਿਹੜੀ ਇਹ ਬਸਰ ਗਲਤੀ ਕੀਤੀ ਆ, ਮੈਂ ਤੁਹਾਡੇ ਮਾਧਿਅਮ ਰਾਹੀਂ ਸਮੂਹ ਸੰਗਤਾਂ ਨੂੰ ਵੀ ਔਰ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਅਪੀਲ ਕਰੂੰਗਾ ਕਿ ਇਸ ਵੀਡੀਓ ਦੀ ਜਿਹੜੀ ਆ ਇਨਕੁਆਇਰੀ, ਇਸ ਵੀਡੀਓ ਦੀ ਜਿਹੜੀ ਵੇਰੀਫਿਕੇਸ਼ਨ ਕਰਾਉਣ ਤੋਂ ਬਾਅਦ ਇਹੋ ਜਿਹੇ ਬੰਦੇ ਨੂੰ ਇਹੋ ਜਿਹੀ ਸਜ਼ਾ ਦਿੱਤੀ ਜਾਵੇ ਕਿ ਜਿਹੜੀ ਇੱਕ ਆਉਣ ਵਾਲੇ ਸਮੇਂ ਵਾਸਤੇ ਇੱਕ ਇਗਜ਼ਾਮਪਲ ਹੋਵੇ ਕਿ ਜਿਹੜਾ ਖਾਲਸਾ ਪੰਥ ਦੇ ਵਿੱਚ ਕੋਈ ਵੀ ਸਾਡੇ ਗੁਰੂਆਂ ਦੇ ਮੁਤਾਲਕ, ਸਾਡੇ ਸਾਹਿਬਜ਼ਾਦਿਆਂ ਦੇ ਮੁਤਾਲਕ ਜਾਂ ਸਾਡੇ ਵਡੇਰਿਆਂ ਦੇ ਮੁਤਾਲਕ ਕੋਈ ਅਪਮਾਨਜਨਕ ਸ਼ਬਦ ਬੋਲਦਾ ਜਾਂ ਅਪਮਾਨਜਨਕ ਹਰਕਤ ਕਰਦਾ ਤਾਂ ਉਸ ਨੂੰ ਅਜਿਹੀ ਸਜ਼ਾ ਸਾਬਤ ਹੋਣੀ ਚਾਹੀਦੀ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਜ਼ਰੂਰਤ ਹੀ ਨਾ ਕਰੇ। ਠੀਕ ਹੈ, ਕਿ ਖਾਲਸਾ ਪੰਥ ਦੇ ਵਿੱਚ ਇਹੋ ਜਿਹੀ ਨਿਰਾਸ਼ਾ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾਵੇ। ਠੀਕ ਹੈ, ਜਿਵੇਂ ਕਿ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਰਹੇ ਹਾਂ ਕਿ ਜਸ ਪੰਜਾਬੀ ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ ਔਰ ਜਿਵੇਂ ਕਿ ਬਿਆਨ ਵੀ ਸੁਖਜਿੰਦਰ ਰੰਧਾਵਾ ਵੱਲੋਂ ਸਾਹਮਣੇ ਆਏ ਹਨ ਕਿ ਇਹ ਵੀਡੀਓ ਐਡਿਟ ਕੀਤੀ ਗਈ ਹੈ ਔਰ ਉਹਨਾਂ ਦੀ ਛਵੀ ਨੂੰ ਖਰਾਬ ਕੀਤਾ ਜਾ ਰਿਹਾ। ਮੇਰੇ ਨਾਲ ਹਰਜੀਤ ਸਿੰਘ ਹੁੰਦਲ ਮੌਜੂਦ ਹਨ, ਸ਼੍ਰੋਮਣੀ ਅਕਾਲੀ ਦਲ ਦੇ ਬੁਲਾ ਰਹੇ ਹਨ, ਉਹ ਇਸ ਉੱਤੇ ਕੀ ਕੁਛ ਪ੍ਰਤੀਕਰਮ ਦੇਣਾ ਚਾਹੁੰਦੇ ਹਨ ਉਹਨਾਂ ਨੂੰ ਵੀ ਇੱਕ ਵਾਰੀ ਅਸੀਂ ਸੁਣ ਲੈਂਦੇ ਹਾਂ। ਹਰਜੀਤ ਜੀ, ਤੁਹਾਡਾ ਸਵਾਗਤ ਕਰਦਾ ਇਸ ਮੰਚ ਦੇ ਉੱਤੇ। ਸਤਿ ਸ਼੍ਰੀ ਅਕਾਲ ਜੀ ਅਰਵਾਈਆ ਸਾਹਿਬ ਔਰ ਜਸ ਪੰਜਾਬੀ ਟੀਵੀ ਤੇ ਸਾਰੇ ਦਰਸ਼ਕਾਂ ਨੂੰ ਮੇਰਾ ਬਹੁਤ ਬਹੁਤ ਤੁਹਾਡੇ ਲਈ ਪ੍ਰਵਾਨ ਕਰਨੀ ਜੀ। ਔਰ ਇਹਨਾਂ ਦਿਨਾਂ ਵਿੱਚ ਸਾਹਿਬਜ਼ਾਦਿਆਂ ਦੀ ਸ਼ਹੀਦੀਆਂ ਹੋਈਆਂ, ਉਹਨਾਂ ਨੂੰ ਮੈਂ ਹੱਥ ਜੋੜ ਕੇ ਸਿਰ ਝੁਕਾਉਂਦਾ ਔਰ ਉਹਨਾਂ ਦੇ ਸਿੱਖ ਕੌਮ ਨੂੰ ਜੋ ਕੁਝ ਦਿੱਤਾ, ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਪਾਤਸ਼ਾਹ ਦੀਆਂ ਭਾਈਆਂ ਦੀਆਂ ਤੇ ਚੱਲੇ, ਬਿਲਕੁਲ ਮੈਂ ਤੁਹਾਡੀ ਗੱਲ ਨਾਲ ਸਹਿਮਤ ਆ ਕਿ ਰੰਧਾਵਾ ਸਾਹਿਬ ਨੇ ਜੋ ਕੁਝ ਕੀਤਾ ਸੁਖੀ ਰੰਧਾਵਾ ਨੇ, ਜਦੋਂ ਬੰਦਾ ਕੋਈ ਕਸੂਰਵਾਰ ਹੋ ਜਾਂਦਾ ਨਾ ਉਹ ਫਿਰ ਕਈ ਬਹਾਨੇ ਬਣਾਉਂਦਾ ਕਿ ਮੇਰੇ ਤੇ ਇਹ ਆਰਡਰ ਕੀਤਾ ਗਿਆ। ਆਪਾਂ ਇਹਨਾਂ ਨੂੰ ਛੱਡ ਦੇਈਏ, ਇਹਨਾਂ ਦੇ ਬਾਪ ਦੀ ਗੱਲ ਕਰ ਲਈਏ, ਸਰਦਾਰ ਸੰਦੋਖ ਸਿੰਘ ਰੰਧਾਵਾ ਜੀ ਦੀ ਗੱਲ ਕਰ ਲਈਏ। ਜਦੋਂ 84 ਦਾ ਅਟੈਕ ਕੀਤਾ ਗਿਆ ਆ ਇਹਨਾਂ ਨੇ ਇੰਦਰਾ ਗਾਂਧੀ ਨੂੰ ਭੇਜਿਆ, ਔਰ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਕਾਂਗਰਸ ਪਾਰਟੀ ਨੂੰ ਹਮੇਸ਼ਾ ਸਿੱਖਾਂ ਦੇ ਉੱਤੇ ਹੀ ਇਹੋ ਜਿਹੇ ਅਟੈਕ ਕਰਨ ਦੀ ਆਦਤ ਪਈ ਆ, ਇਹਨਾਂ ਦੇ ਖੂਨ ਦੇ ਵਿੱਚ ਇਹੋ ਜਿਹੀ ਆ। ਜਾਖੜ ਸਾਹਿਬ ਦੇ ਫਾਦਰ ਸਾਹਿਬ ਨੇ ਇਹ ਗੱਲ ਕਹੀ ਸੀ ਵੀ ਜੇ 1 ਕਰੋੜ ਸਿੱਖ ਮਾਰਨਾ ਵੀ ਪਏ ਉਹਦਾ ਕੋਈ ਫਰਕ ਨਹੀਂ ਪੈਂਦਾ, ਔਰ ਜੋ ਕਰਤੂਤ ਰੰਧਾਵਾ ਸਾਹਿਬ ਨੇ ਕੀਤੀ ਆ, ਮੈਂ ਅਕਾਲ ਤਖ਼ਤ ਸਾਹਿਬ ਨੂੰ ਔਰ ਸਿੱਖ ਸਾਡੇ ਬੰਦੀਆਂ ਨੂੰ ਇਹ ਬੇਨਤੀ ਕਰਾਂਗਾ ਕਿ ਇਹਨਾਂ ਦੀ ਘੋਖ ਕਰਕੇ ਇਹਨਾਂ ਨੂੰ ਬਣਦੀ ਸਜ਼ਾ ਦਿੱਤੀ ਜਾਵੇ। ਜੇ ਮਹਾਰਾਜਾ ਰਣਜੀਤ ਸਿੰਘ ਨੂੰ ਥੰਮ ਦਾ ਬੰਨ੍ਹ ਕੇ ਅਕਾਲ ਤਖ਼ਤ ਦੇ ਜਥੇਦਾਰ ਨੇ ਕੋੜਿਆਂ ਦਾ ਹੁਕਮ ਦਿੱਤਾ ਸੀਗਾ ਤੇ ਰੰਧਾਵਾ ਸੁਖੀ ਰੰਧਾਵਾ ਸਿਰਫ ਵਜ਼ੀਰ ਹੀ ਆ, ਇਹ ਕਿਸੇ ਪ੍ਰਾਂਤ ਦਾ ਰਾਜਾ ਨਹੀਂ, ਇਹਨੂੰ ਵੀ ਉਹ ਜਿਹੀ ਸਜ਼ਾ ਦਿੱਤੀ ਜਾਏ ਜਿਹਦੇ ਨਾਲ ਸਿੱਖਾਂ ਦਾ ਵਰੂੰਦਲਿਆ ਹਿਰਦਾ ਠੰਡਾ ਹੋਏ ਔਰ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਬੰਦਾ ਸਾਡੇ ਗੁਰੂਆਂ ਤੇ ਕੋਈ ਵੀ ਗੁਰੂਆਂ ਦੇ ਕੋਈ ਟਿੱਪਣੀ ਨਾ ਕਰ ਸਕੇ। ਠੀਕ ਹੈ, ਇਹ ਤਾਂ ਹੋ ਗਈ ਇੱਕ ਗੱਲ ਜਿਹੜੀ ਅਸੀਂ ਇਸ ਮੰਜ਼ਿਲ ਉੱਤੇ ਰੱਖ ਰਹੇ ਹਾਂ। ਹੁਣ ਮੈਂ ਅਗਰ ਦੂਜੇ ਪਾਸੇ ਆ ਜਾਵਾਂ ਜਿੱਥੇ ਪੰਜਾਬ ਦੀ ਗੁੱਡ ਗਵਰਨੈਂਸ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਰਿਪੋਰਟ ਆਈ ਹੈ, ਜਿੱਥੇ ਪੰਜਾਬ 13ਵੇਂ ਸਟੈਂਡ 'ਤੇ ਪਹੁੰਚਿਆ ਹੈਗਾ, 18 ਸੂਬਿਆਂ ਦੀ ਰਿਪੋਰਟ ਜਨਤਕ ਕੀਤੀ ਗਈ ਹੈ, ਜਿੱਥੇ ਪੰਜਾਬ 13th ਰੈਂਕ ਦੇ ਉੱਤੇ ਹੈਗਾ ਔਰ ਕੈਪਟਨ ਅਮਰਿੰਦਰ ਸਿੰਘ ਨੇ ਸਿੱਧਾ ਸਿੱਧਾ ਇਲਜ਼ਾਮ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਜਿਹਦੇ ਵਿੱਚ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ ਵਰਗੇ, ਡਾਕਟਰ ਦਲਜੀਤ ਚੀਮਾ, ਵਿਕਰਮ ਮਜੀਠੀਆ ਜਿਹੜੇ ਕਿ ਸੀਨੀਅਰ ਲੀਡਰਸ਼ਿਪ ਦੇ ਵਿੱਚ ਮੌਜੂਦ ਸੀਗੇ ਜਦ ਤੁਹਾਡੀ ਸਰਕਾਰ ਹੋਂਦ ਦੇ ਵਿੱਚ ਸੀਗੀ, ਤਾਂ ਇਲਜ਼ਾਮ ਤੁਹਾਡੇ ਉੱਤੇ ਲਾਏ ਹਨ। ਬਕਾਇਦਾ ਇਹ ਵੀ ਕਿਹਾ ਗਿਆ ਕਿ ਤੁਸੀਂ ਪੰਜਾਬ ਦਾ ਖਜ਼ਾਨਾ ਵੀ ਖਾਲੀ ਕਰ ਗਏ, ਨਾਲੇ ਪੰਜਾਬ ਨੂੰ ਕਰਜ਼ੇ ਦੇ ਹੇਠ ਵੀ ਤੁਸੀਂ ਚਾੜ ਗਏ। ਇਹਨਾਂ ਸਾਰੇ ਸਵਾਲਾਂ ਦੇ ਵੀ ਮੈਂ ਜਵਾਬ ਤੁਹਾਡੇ ਤੋਂ ਲਵਾਂਗਾ। ਫਿਲਹਾਲ ਮੈਂ ਇੱਕ ਬ੍ਰੇਕ ਲਈ ਇੱਥੇ ਰੁਕ ਰਿਹਾ ਹਾਂ, ਜਦ ਬ੍ਰੇਕ ਤੋਂ ਬਾਅਦ ਵਾਪਸ ਆਵਾਂਗਾ, ਇਸ ਉੱਤੇ ਵੀ ਵਿਚਾਰ ਅਸੀਂ ਕਰਾਂਗੇ ਇਸ ਬ੍ਰੇਕ ਤੋਂ ਉਸ ਪਾਰ। ਅਤੇ ਬ੍ਰੇਕ ਤੋਂ ਬਾਅਦ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। 2000
20 ਆਉਣ ਵਾਲਾ ਹੈ 2019 ਜਿਹੜਾ ਹੈ ਹੁਣ ਉਹਦਾ ਅਖੀਰਲਾ ਦਿਨ ਹੈਗਾ। ਜਿਵੇਂ ਕਿ ਮੈਂ ਤੁਹਾਨੂੰ ਦੱਸ ਰਿਹਾ ਸੀਗਾ ਕਿ ਕਈ ਸਾਰੇ ਅਹਿਮ ਵਿਸ਼ੇ ਅਸੀਂ ਇਸ ਮੰਚ ਦੇ ਉੱਤੇ ਲੈ ਕੇ ਆਏ, ਲੇਕਿਨ ਜਾਂਦੇ ਜਾਂਦੇ ਅਸੀਂ ਗੱਲ ਜ਼ਰੂਰ ਅਸੀਂ ਆਪਣੀ ਕੰਟਰੀ ਯਾਨੀ ਕਿ ਇੰਡੀਆ ਦੀ ਕਰਾਂਗੇ, ਔਰ ਇੰਡੀਆ ਦੇ ਵਿੱਚ ਵਸਦੇ ਉਸ ਸੂਬੇ ਦੀ ਕਰਾਂਗੇ ਜਿੱਥੋਂ ਸਾਰੇ ਅਸੀਂ ਇਸ ਧਰਤੀ ਦੇ ਉੱਤੇ ਪਹੁੰਚੇ ਹਾਂ। ਮੈਂ ਗੱਲ ਪੰਜਾਬ ਦੀ ਕਰ ਰਿਹਾ ਸੀਗਾ, ਜਿੱਥੇ ਰਿਪੋਰਟ ਆਈ ਹੈ ਕੇਂਦਰ ਸਰਕਾਰ ਦੀ ਕਿੱਥੇ ਪੰਜਾਬ ਸਟੈਂਡ ਕਰਦਾ। ਚਾਰ ਸਭ ਤੋਂ ਅਹਿਮ ਮਸਲੇ ਇਕਨੋਮਿਕਸ ਦੇ ਵਿੱਚ ਜਿਹਨੂੰ ਅਸੀਂ ਅਰਥਸ਼ਾਸਤਰੀ ਜਿਹੜੇ ਨੇ ਸਾਨੂੰ ਦੱਸਦੇ ਹਨ, ਸ਼ਾਸਤਰ ਵਿੱਚ ਹੁੰਦੇ ਹਨ। ਸਭ ਤੋਂ ਪਹਿਲਾਂ ਜਦ ਅਸੀਂ ਗੱਲ ਕਰਦੇ ਹਾਂ ਤਾਂ ਉਹ ਆਉਂਦਾ ਹੈ ਗ੍ਰੋਸ ਸਟੇਟ ਡੋਮੈਸਟਿਕ ਪ੍ਰੋਡਕਟ, ਉਹਦੇ ਵਿੱਚ ਕੀ ਕੁਝ ਪ੍ਰੋਡਕਸ਼ਨ ਜਿਹੜੀ ਹੈ ਉਹ ਕੀਤੀ ਗਈ, ਭਾਵੇਂ ਉੱਥੇ ਕੰਪਨੀਜ਼ ਵੱਲੋਂ, ਭਾਵੇਂ ਕਿਸੇ ਵੀ ਛੋਟੇ ਵਪਾਰੀ ਵੱਲੋਂ। ਉਸ ਤੋਂ ਬਾਅਦ ਆ ਜਾਂਦਾ ਹੈ ਪਰ ਕੈਪੀਟਾ। ਪਰ ਕੈਪੀਟਾ ਦੇ ਵਿੱਚ ਅਸੀਂ ਗੱਲ ਕਰਦੇ ਹਾਂ ਕਿ ਕਿੰਨੀ ਕੁ ਸੈਲਰੀ ਜਿਹੜੀ ਹੈਗੀ ਹੈ ਉਹ ਸਾਡੇ ਇੰਪਲੋਇਰਸ ਦੀ ਹੈਗੀ ਹੈ ਜਾਂ ਫਿਰ ਸਾਡਾ ਜਿਹੜਾ ਬਜਟ ਹੈਗਾ ਉਹ ਹੈਗਾ। ਡੈਫੀਸ਼ਿਟ ਦੇ ਵਿੱਚ ਅਸੀਂ ਜਦ ਗੱਲ ਕਰਦੇ ਹਾਂ ਤਾਂ ਘਰ ਦਾ ਬਜਟ ਜਿਹੜਾ ਅਸੀਂ ਬਣਾਉਂਦੇ ਹਾਂ ਉਹ ਬਜਟ ਜਿਹੜਾ ਹੈਗਾ ਉਹਦੇ ਵਿੱਚ ਕੀ ਕੁਝ ਆਂਕੜੇ ਨੇ ਉਹਨਾਂ ਦੇ ਉੱਤੇ ਅਸੀਂ ਨਜ਼ਰ ਪਾਵਾਂਗੇ। ਫਿਰ ਆ ਜਾਂਦਾ ਹੈ ਇੰਟਰਸਟ ਅਤੇ ਲੋਨ। ਇਹ ਚਾਰ ਅਹਿਮ ਕੜੀਆਂ ਹੁੰਦੀਆਂ ਹਨ ਇੱਕ ਸੂਬੇ ਨੂੰ ਚਲਾਉਣ ਦੇ ਲਈ, ਔਰ ਇਹਨਾਂ ਕੜੀਆਂ ਦੇ ਵਿੱਚ ਕੀ ਕੁਝ ਆਂਕੜੇ ਨੇ ਇਹ ਜਾਣਨਾ ਸਾਡੇ ਲਈ ਬੇਹੱਦ ਜ਼ਰੂਰੀ ਹੈ। ਇਸ ਉੱਤੇ ਅਸੀਂ ਵਿਚਾਰ ਕਰਾਂਗੇ। ਮੇਰੇ ਨਾਲ ਫੋਨ ਲਾਈਨ ਦੇ ਉੱਤੇ ਹਰਜੀਤ ਹੁੰਦਲ ਵੀ ਮੌਜੂਦ ਹਨ, ਜਿਨ੍ਹਾਂ ਨੇ ਬਖੂਬੀ 10 ਸਾਲ ਇਹਨਾਂ ਦੀ ਪਾਰਟੀ ਨੇ ਸਰਕਾਰ ਚਲਾਈ। ਕਾਂਗਰਸ ਦੇ ਬੁਲਾਰੇ ਨੂੰ ਲਿਆਉਣ ਦੀ ਅਸੀਂ ਕੋਸ਼ਿਸ਼ ਕੀਤੀ ਸੀਗੀ, ਲੇਕਿਨ ਕੋਈ ਵੀ ਕਾਂਗਰਸ ਦਾ ਬੁਲਾਰਾ ਸਾਡੇ ਉੱਤੇ ਸਾਡੇ ਇਸ ਸ਼ੋਅ ਦੇ ਉੱਤੇ ਨਹੀਂ ਆਉਣਾ ਚਾਹੁੰਦਾ, ਔਰ ਨਾ ਹੀ ਉਹ ਆਇਆ, ਨਾ ਹੀ ਉਹਨਾਂ ਨੇ ਆਪਣਾ ਟਾਈਮ ਦਿੱਤਾ। ਜਿਨ੍ਹਾਂ ਨੂੰ ਅਸੀਂ ਕਾਲ ਕੀਤਾ ਔਰ ਦੱਸਿਆ ਕਿ ਅੱਜ ਅਸੀਂ ਇਹ ਵਿਸ਼ਾ ਲੈ ਕੇ ਆ ਰਹੇ ਹਾਂ, ਤਾਂ ਉਹਨਾਂ ਨੇ ਆਪਣਾ ਟਾਈਮ ਨਹੀਂ ਦਿੱਤਾ। ਦੂਜੇ ਪਾਸੇ ਮੇਰੇ ਨਾਲ ਆਕਾਸ਼ ਜਿੰਦਲ ਮੌਜੂਦ ਹਨ। ਆਕਾਸ਼ ਜਿੰਦਲ ਜੀ ਨਾਲ ਮੈਂ ਤੁਹਾਨੂੰ ਤਾਰੁਫ ਕਰਾ ਦੇਵਾਂ। ਜਦ ਵੀ ਗੱਲ ਇਕਨੋਮਿਕਸ ਦੀ ਆਉਂਦੀ ਹੈ ਅਤੇ ਪੰਜਾਬ ਸੂਬੇ ਨੂੰ ਲੈ ਕੇ ਉਹ ਵੱਡੇ ਸਟੇਜਾਂ ਦੇ ਉੱਤੇ ਇਕਨੋਮਿਕਸ ਦੀ ਜਦ ਕਾਨਫਰੰਸ ਹੁੰਦੀ ਹੈ, ਉੱਥੇ ਕਈ ਵਾਰ ਉਹ ਲੈਕਚਰ ਦੇ ਚੁੱਕੇ ਹਨ, ਔਰ ਕੈਪਟਨ ਅਮਰਿੰਦਰ ਸਿੰਘ ਦੀ ਹੁਣ ਸਰਕਾਰ ਹੈਗੀ ਹੈ, ਉਹਨਾਂ ਨੂੰ ਵੀ ਕਈ ਸਾਰੀ ਐਡਵਾਈਸਿਸ ਉਹਨਾਂ ਵੱਲੋਂ ਉਹਨਾਂ ਦੀ ਔਰਗਨਾਈਜੇਸ਼ਨ ਵੱਲੋਂ ਜਾਂਦੀਆਂ ਹਨ। ਜਦ ਪਿਛਲੀ ਸਰਕਾਰ ਸੀਗੀ ਸ਼੍ਰੋਮਣੀ ਅਕਾਲੀ ਦਲ ਦੀ, ਤਾਂ ਵੀ ਕਈ ਸਾਰੀ ਐਡਵਾਈਸਿਸ ਉਹਨਾਂ ਨੂੰ ਗਈਆਂ ਸੀਗੀਆਂ। ਲੇਕਿਨ ਹੁਣ ਹਾਲ ਫਿਲਹਾਲ ਦੇ ਵਿੱਚ ਕੀ ਕੁਝ ਸੁਨੈਰੀਓ ਜਿਹੜਾ ਹੈਗਾ ਉਹ ਪੰਜਾਬ ਦੀ ਧਰਤੀ ਦੇ ਉੱਤੇ ਬਣਿਆ ਹੋਇਆ ਇਕਨੋਮਿਕਸ ਨੂੰ ਲੈ ਕੇ, ਕਿਵੇਂ ਅਸੀਂ ਗਰੋ ਕਰ ਸਕਦੇ ਹਾਂ, ਕਿ ਵਾਕਈ ਹੀ ਸਾਡੇ ਵਿੱਚ ਦਮ ਹੈ, ਅਸੀਂ ਅੱਜ ਆਪਣੇ ਖੂਨ ਪਸੀਨੇ ਦੀ ਕਮਾਈ ਜਿਹੜੀ ਕਿ ਅਸੀਂ ਅਮੈਰੀਕਾ ਦੇ ਵਿੱਚ ਕਮਾਉਂਦੇ ਹਾਂ, ਔਰ ਜਦ ਵੀ ਸਾਨੂੰ ਪੰਜਾਬ ਤੋਂ ਕੋਈ ਕਾਲ ਆਉਂਦੀ ਹੈ ਤਾਂ ਅਸੀਂ ਉੱਥੇ ਭੇਜ ਦਿੰਦੇ ਹਾਂ। ਫਾਇਦਾ ਹੈ ਭੇਜਣ ਦਾ? ਅਗਰ ਫਾਇਦਾ ਹੈ ਤਾਂ ਸਾਨੂੰ ਕਿੱਥੇ ਭੇਜਣਾ ਚਾਹੀਦਾ, ਕਿੱਥੇ ਇਨਵੈਸਟ ਕਰਨਾ ਚਾਹੀਦਾ, ਔਰ ਇਸ ਇਨਵੈਸਟਮੈਂਟ ਦੀ ਰਿਟਰਨ ਜਿਹੜੀ ਹੈ ਉਹ ਕਿਵੇਂ ਆਏਗੀ, ਉਹਦੇ ਉੱਤੇ ਥੋੜ੍ਹਾ ਜਿਹਾ ਚਾਨਣਾ ਪਾਵਾਂਗੇ। ਪਹਿਲਾਂ ਤਾਂ ਮੈਂ ਆਕਾਸ਼ ਜਿੰਦਲ ਜੀ ਉਹਨਾਂ ਨੂੰ ਇਸ ਮੰਚ ਦੇ ਉੱਤੇ ਲੈ ਕੇ ਆਉਣਾ ਚਾਹੁੰਦਾ। ਆਕਾਸ਼ ਜੀ, ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਹੁਣ ਸਾਲ ਜਿਹੜਾ ਹੈ 2019 ਖਤਮ ਹੋ ਚੁੱਕਿਆ ਹੈ, ਔਰ ਪਿਛਲੀ ਵਾਰ ਵੀ ਅਸੀਂ ਇਸੀ ਮੰਚ ਦੇ ਉੱਤੇ ਵਿਚਾਰ ਕੀਤੇ ਸੀਗੇ ਕਿ ਕਿਵੇਂ ਅਸੀਂ ਇਕਨੋਮਿਕਸ ਗਰੋਥ ਦੇ ਉੱਤੇ ਨਜ਼ਰ ਪਾ ਕੇ ਪੰਜਾਬ ਨੂੰ ਉਹੀ ਸੂਬਾ ਬਣਾ ਸਕਦੇ ਹਾਂ ਜਿਹੜੇ ਕਿ ਸਾਡੇ ਅੱਜ NRI ਭਰਾ ਛੱਡ ਕੇ ਆਏ ਸੀਗੇ। ਕੀ ਵਾਕਈ ਹੀ ਸੋਨੇ ਦੀ ਚਿੜੀ ਮੁੜ ਤੋਂ ਕਵਾ ਸਕਦਾ ਹੈ ਪੰਜਾਬ ਕੀ ਨਹੀਂ? ਸਭ ਤੋਂ ਪਹਿਲਾਂ ਤਾਂ US ਤੇ ਕੈਨੇਡਾ ਦੇ ਵਿੱਚ ਮੇਰੇ ਸਾਰੇ ਪੰਜਾਬੀ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਤੇ ਨਵੇਂ ਸਾਲ ਦੀ ਐਂਟੀਸਪੇਸ਼ਨ ਦੇ ਵਿੱਚ ਇੱਕ ਦਿਨ ਪਹਿਲਾਂ ਐਡਵਾਂਸ ਵਧਾਈ। ਬੜੀ ਖੁਸ਼ੀ ਹੁੰਦੀ ਹੈ ਜਦੋਂ ਮੈਨੂੰ ਪਤਾ ਲੱਗਦਾ ਕਿ ਸਾਡੇ ਵੀਰ ਜਿਹੜੇ US ਕੈਨੇਡਾ ਦੇ ਵਿੱਚ ਵਸੇ ਹੋਏ ਨੇ ਪੰਜਾਬ ਦੀ ਤਰੱਕੀ ਬਾਰੇ ਸੋਚਦੇ ਨੇ। ਦੇਖੋ ਅੱਜ ਦੀ ਤਾਰੀਖ ਦੇ ਵਿੱਚ ਸੱਚਾਈ ਇਹ ਹੈ, ਦ ਰਿਐਲਿਟੀ ਇਜ਼ ਦੈਟ ਟੂਡੇ ਪੰਜਾਬ ਇਜ਼ ਨਾਟ ਪਰਫਾਰਮਿੰਗ ਫਾਈਨੈਂਸ਼ੀਅਲੀ ਵੈਲ ਨਾਓ ਆਲ ਦ ਪੈਰਾਮੀਟਰਸ ਵੈਦਰ ਇਟਸ GSDP ਪਰ ਕੈਪੀਟਾ ਇਨਕਮ ਡੈਫਿਸਿਟ ਇੰਟਰਸਟ ਲੋਨ ਵੀ ਆਰ ਨਾਟ ਪਰਫਾਰਮਿੰਗ ਐਟ ਅ ਗੁੱਡ ਲੈਵਲ ਇਨ ਕੰਪੈਰੀਜ਼ਨ ਵਿਦ ਅਦਰ ਸਟੇਟਸ। ਸਾਡੀ GSDP ਜਿੰਨੀ ਹੋਣੀ ਚਾਹੀਦੀ ਸੀ ਜਿੱਦਾਂ ਸਾਡੇ ਕੋਲ ਪੋਟੈਂਸ਼ੀਅਲ ਸੀ ਉਹ ਨਹੀਂ ਹੈ। ਪਰ ਕੈਪੀਟਾ ਇਨਕਮ ਸਾਡੇ ਭਰਾਵਾਂ ਨੂੰ ਦੱਸ ਦੇਵਾਂ, ਇਟ ਮੀਨਸ ਕੋਈ ਵਿਅਕਤੀ ਕਿਤੇ ਵੀ ਕੰਮ ਕਰ ਰਿਹਾ ਉਹਦੀ ਕਿੰਨੀ ਆਏ ਹੈ, ਪ੍ਰਤੀ ਵਿਅਕਤੀ ਆਏ ਕਿੰਨੀ ਹੈ। ਫਿਰ ਡੈਫੀਸਿਟ ਯਾਨੀ ਸਾਡੇ ਸੂਬੇ ਦੀ ਆਮਦਨ ਕਿੰਨੀ ਹੈ ਤੇ ਸਾਡੇ ਸੂਬੇ ਦਾ ਖਰਚਾ ਕਿੰਨਾ ਹੈ। ਉਹਨਾਂ ਚਾਰਾਂ ਪੈਰਾਮੀਟਰਸ ਤੇ ਸਾਡੀ ਸਟੇਟ ਜਿਹੜੀ ਹੈ ਚੰਗਾ ਪਰਫਾਰਮ ਨਹੀਂ ਕਰ ਰਹੀ ਤੇ ਅੱਜ ਪੰਜਾਬ ਨੂੰ ਲੋੜ ਹੈ ਫਾਈਨੈਂਸਿਸ ਦੀ, ਪੈਸੇ ਦੀ। ਤੇ ਪੰਜਾਬ ਗਵਰਨਮੈਂਟ ਤੋਂ ਕਈ ਤਰ੍ਹਾਂ ਦੀਆਂ ਅਸੀਂ ਉਮੀਦਾਂ ਕਰ ਰਹੇ ਹਾਂ ਪੰਜਾਬ ਗਵਰਨਮੈਂਟ ਤੋਂ। ਮੈਂ ਜਿਹੜੀ ਪੰਜਾਬ ਗਵਰਨਮੈਂਟ ਨੂੰ, ਯੂ ਹੈਵ ਰਾਈਟਲੀ ਸੈਡ, ਮੈਂ ਅੱਡ ਟੀਵੀ ਚੈਨਲ ਤੇ, ਮੈਂ ਇੰਡੀਆ ਦੇ ਆਲਮੋਸਟ ਆਲ ਟੀਵੀ ਚੈਨਲ ਤੇ ਅਪੀਅਰ ਹੁੰਦਾ, ਪੰਜਾਬ ਗਵਰਨਮੈਂਟ ਨੂੰ ਪਹਿਲਾਂ ਅਕਾਲੀ ਸਰਕਾਰ ਨੂੰ ਵੀ ਤੇ ਕਾਂਗਰਸ ਗਵਰਨਮੈਂਟ ਨੂੰ ਰੈਗੂਲਰ ਸੁਜੈਸ਼ਨ ਦਿੰਦਾ ਰਿਹਾ ਤੇ ਹੁਣ ਵੀ ਮੇਰੀ ਸੁਜੈਸ਼ਨ ਹੈ ਕਿ ਪੰਜਾਬ ਨੂੰ ਤਿੰਨ ਲੈਵਲ ਤੇ ਅਸੀਂ ਡਿਵੈਲਪ ਕਰਨਾ ਹੈਗਾ। ਫਸਟ ਇਜ਼ ਇੰਡਸਟਰੀ, ਨਾ ਪੰਜਾਬ ਨੀਡਸ ਟੂ ਬੀ ਡਿਵੈਲਪਡ ਇਨ ਇੰਡਸਟਰੀ। ਨਾ ਵੀ ਹੈਵ
close proximity to other states, whether it's UP, Uttarakhand, Himachal, J&K, Delhi, Haryana, plus on DMIC jive ban rahe hai, ta saadi port connectivity bahut changi ho jayegi. ਉਹ ਤੋਂ ਇਲਾਵਾ ਸਾਡੇ ਜਿਹੜੇ ਹੈ ਲੌਜਿਸਟਿਕਸ ਬਹੁਤ ਚੰਗੇ ਨੇ ਤਾਂ ਇੰਡਸਟਰੀ ਇੱਥੇ ਆ ਸਕਦੀ ਹੈ. ਆਈ ਟੀ ਵੀ ਹੈਵ ਅ ਹਿਊਜ ਇੰਗਲਿਸ਼ ਸਪੀਕਿੰਗ ਪਾਪੂਲੇਸ਼ਨ ਇਨ ਏਰੀਆਜ਼ ਲਾਈਕ ਮੋਹਾਲੀ ਐਂਡ ਅਦਰ ਏਰੀਆਜ਼ ਕਲੋਸ ਟੂ ਚੰਡੀਗੜ੍ਹ, ਤਾਂ ਉੱਥੇ ਆਈ ਟੀ ਦਾ ਬਹੁਤ ਵੱਡਾ ਸੈਟਅਪ ਆ ਸਕਦਾ ਹੈ. ਪਲੱਸ ਐਜੂਕੇਸ਼ਨ, ਪੰਜਾਬ ਕੈਨ ਬੀ ਅ ਗ੍ਰੇਟ ਐਜੂਕੇਸ਼ਨ ਹੱਬ. ਪੰਜਾਬ ਨੇ ਅੱਜ ਤੱਕ ਜਿਹੜਾ ਹੈ ਹਿੰਦੁਸਤਾਨ ਨੂੰ ਤੇ ਦੁਨੀਆ ਨੂੰ ਬਹੁਤ ਵੱਡੇ ਸਾਇੰਟਿਸਟ, ਚਾਹੇ ਫਿਜ਼ਿਕਸ ਹੋਣ ਚਾਹੇ ਕੈਮਿਸਟਰੀ ਦੇ ਵਿੱਚ ਹੋਣ, ਬਹੁਤ ਵੱਡੇ ਹੋਰ ਚੀਜ਼ਾਂ ਦੇ ਐਕਸਪਰਟ, ਹਿਸਟੋਰੀਅਨਸ, ਰਾਈਟਰਸ, ਡਾਕਟਰਸ, ਆਫ ਕੋਰਸ, ਬਿਲਕੁਲ ਸਟੇਟਸ ਡਾਕਟਰਸ ਦਿੱਤੇ ਨੇ, ਇਕਨੋਮਿਸਟ, ਫਾਈਨੈਂਸ਼ੀਅਲ ਐਕਸਪਰਟ ਦਿੱਤੇ ਨੇ, ਤੇ ਪੰਜਾਬ ਦੇ ਵਿੱਚ ਟੈਲੈਂਟ ਦੀ ਕਮੀ ਨਹੀਂ ਹੈ ਜੀ. ਦਿੱਕਤ ਇਹ ਹੈ ਕਿ ਅਸੀਂ ਟੈਲੈਂਟ ਨੂੰ ਵਧੀਆ ਮੈਨੇਜ ਕਰੀਏ. ਤੇ ਮੇਰੀ ਸਾਡੇ ਅਕਾਲੀ ਭਰਾ ਸਾਡੇ ਨਾਲ ਨੇ, ਉਹਨਾਂ ਨੂੰ ਵੀ ਉਸ ਟਾਈਮ ਰਿਕੁਐਸਟ ਰਹੀ ਸੀ, ਤੇ ਹੁਣ ਵੀ ਜਿਹੜਾ ਹੈ ਪੰਜਾਬ ਸਰਕਾਰ ਨੂੰ, ਕਾਂਗਰਸ ਸਰਕਾਰ ਨੂੰ ਵੀ ਇਹ ਹੁਣ ਮੈਂ ਬਾਰ ਬਾਰ ਰਿਕੁਐਸਟ ਕਰਦਾ ਹਾਂ. ਠੀਕ ਹੈ, ਅਸੀਂ, ਸਾਨੂੰ ਮਾਣ ਹੈ ਸਾਡੇ ਉਹਨਾਂ ਭਰਾਵਾਂ ਤੇ ਜਿਨ੍ਹਾਂ ਨੇ US ਤੇ ਕੈਨੇਡਾ ਦੇ ਵਿੱਚ ਜਾ ਕੇ ਆਪਣੀ ਇੱਕ ਪਹਿਚਾਣ ਬਣਾਈ ਹੈ. ਵੀ ਹੈਵ ਹਾਈ ਰਿਸਪੈਕਟ ਫੋਰ ਆਰ ਬ੍ਰਦਰਸ ਹੂ ਆਰ ਸਿਟਿੰਗ ਇਨ US ਐਂਡ ਕੈਨੇਡਾ. ਬਟ ਅੱਜ ਪੰਜਾਬ ਦੀ ਇੱਕ ਪ੍ਰੋਬਲਮ ਇਹ ਵੀ ਹੈ ਕਿ ਸਾਡਾ ਹੁਣ ਫਲਾਈਟ ਆਫ ਹਿਊਮਨ ਕੈਪੀਟਲ ਹੋ ਰਿਹਾ ਹੈ ਰੈਗੂਲਰ ਬੇਸਿਸ ਤੇ ਸਾਡੇ ਪੰਜਾਬ ਦਾ. ਐਗਜੈਕਟਲੀ ਆਕਾਸ਼ ਜੀ, ਬਿਲਕੁਲ ਉਸ ਦੇ ਉੱਤੇ ਵੀ ਅਸੀਂ ਉਸ ਟੌਪਿਕ ਦੇ ਉੱਤੇ ਵੀ ਅਸੀਂ ਜ਼ਰੂਰ ਗੱਲ ਕਰਾਂਗੇ. ਪਹਿਲਾਂ ਮੈਂ ਹਰਜੀਤ ਹੁੰਦਲ ਹੋਰਾਂ ਤੋਂ ਇੱਕ ਸਵਾਲ ਕਰ ਲਵਾਂ. ਜਿੱਥੇ ਅੱਜ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਹਨ ਕਿ ਪੰਜਾਬ ਖਾਲੀ ਹੈ, ਪੰਜਾਬ ਦੀ ਪੰਜਾਬ ਦਾ ਜਿਹੜਾ ਖਜ਼ਾਨਾ ਉਹ ਖਾਲੀ ਹੈ, ਲੇਕਿਨ ਖਾਲੀ ਜਿਹੜਾ ਖੁਦ ਆਪ ਸ਼੍ਰੋਮਣੀ ਅਕਾਲੀ ਦਲ ਨੇ ਖਾਲੀ ਕੀਤਾ. ਹੁੰਦਲ ਸਾਹਿਬ, ਖਾਲੀ ਖਜ਼ਾਨਾ ਛੱਡ ਕੇ ਤੁਸੀਂ ਚਾਹੁੰਦੇ ਹੋ ਹੁਣ ਪੰਜਾਬ 'ਚ ਤਰੱਕੀ ਹੋ ਜੇ? ਐਵੇਂ ਤਾਂ ਕੰਮ ਨਹੀਂ ਬਣਦਾ. ਹਾਂਜੀ ਬਿਲਕੁਲ, ਤੁਹਾਡੀ ਗੱਲ ਸਹੀ ਆ. ਤੁਸੀਂ ਮੰਨਦੇ ਹੋ ਇਸ ਗੱਲ ਨੂੰ ਕਿ ਖਾਲੀ ਕਰ ਗਏ ਸੀ ਤੁਸੀਂ ਖਜ਼ਾਨਾ ਉਹਨਾਂ ਦਾ, ਜਿਸ ਕਰਕੇ ਹੁਣ ਪੰਜਾਬ ਜਿਹੜਾ ਉਹ ਤਰੱਕੀ ਨਹੀਂ ਕਰ ਸਕਦਾ? ਦੇਖੋ ਗੱਲ ਇਹ ਆ, ਹਰ ਸਰਕਾਰ ਜਿਹੜੀ ਆਉਂਦੀ ਆ ਨਾ, ਉਹ ਕਹੀ ਉਹ ਖਾਲੀ ਕਰ ਜਾਂਦੀ ਹੈ ਖਜ਼ਾਨਾ. ਸਰਕਾਰ ਖਜ਼ਾਨਾ ਖਾਲੀ ਕਰ ਗਈ ਆ. ਜਿੰਦਲ ਸਾਹਿਬ ਨਾਲ ਬਿਲਕੁਲ ਸਹਿਮਤ ਹੈ, ਇਹਨਾਂ ਨੇ ਅੰਕੜੇ ਕੱਢੇ ਨੇ, ਅੰਕੜੇ ਕੱਢ ਕੇ ਤੁਹਾਨੂੰ ਸਾਰਿਆਂ ਨੂੰ ਦੱਸੇ ਵੀ ਨੇ. ਹਾਂ, ਔਰ ਦੇਖੋ 10 ਸਾਲ ਅਕਾਲੀਆਂ ਨੇ ਸਰਕਾਰ ਚ ਲਈ. ਹਾਂ, ਸਿੱਟਰ ਵੱਲੋਂ ਪੈਸਾ ਆਇਆ ਬਹੁਤ ਘੱਟ ਮਾਤਰਾ ਚ, ਖਾ ਲਿਆ ਜਾਂ ਖਾਲੀ ਕਰਤਾ, ਤੇ ਲੇਕਿਨ ਫੇਰ ਵੀ ਉਸ ਟਾਈਮ ਤੇ ਕਿਸਾਨ, ਗਰੀਬ ਵਰਗ ਤੇ ਮੁਲਾਜ਼ਮ, ਠੀਕ ਹੈ ਜੀ, ਸਟ੍ਰਾਈਕਾਂ ਤੁਸੀਂ ਅੰਕੜੇ ਕੱਢ ਕੇ ਵੇਖ ਲਓ, ਸਟ੍ਰਾਈਕਾਂ ਕਿੰਨੀਆਂ ਹੁੰਦੀਆਂ ਸੀ, ਔਰ ਹਰ ਮੁਲਾਜ਼ਮ ਨੂੰ ਟਾਈਮ ਤੇ ਤਨਖਾਹ ਮਿਲਦੀ ਸੀ. ਔਰ ਉਦੋਂ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਸੀ, ਉਦੋਂ ਇਲਜ਼ਾਮ ਕਾਂਗਰਸ ਦੇ ਲੱਗਦੇ ਸੀਗੇ ਕਿ ਖਜ਼ਾਨਾ ਕਾਂਗਰਸ ਖਾਲੀ ਕਰ ਗਈ, ਅਸੀਂ ਸਰਕਾਰ ਕਿੱਦਾਂ ਚਲਾਈਏ. ਹੁਣ ਵੀ ਉਹੋ ਹੀ ਬਾਦਲ, ਮਨਪ੍ਰੀਤ ਸਿੰਘ ਬਾਦਲ ਜਿਹੜੇ ਨੇ ਕਾਂਗਰਸ ਦੇ ਖਜ਼ਾਨਾ ਮੰਤਰੀ ਨੇ, ਹੁਣ ਅਕਾਲੀਆਂ ਤੇ ਲਾਈ ਜਾਂਦੇ ਨੇ ਇਲਜ਼ਾਮ, ਲੇਕਿਨ ਆਪਣੇ ਘਰ ਦੇ ਵਿੱਚ. ਹੁੰਦਲ ਸਾਹਿਬ, ਤੁਸੀਂ ਇਸ ਗੱਲ ਨੂੰ ਮੰਨਦੇ ਹੋ ਕਿ ਨਹੀਂ ਮੰਨਦੇ ਕਿ ਤੁਸੀਂ ਖਜ਼ਾਨਾ ਖਾਲੀ ਕਰ ਗਏ ਸੀਗੇ, ਇਸ ਕਰਕੇ ਹੁਣ ਪੰਜਾਬ ਤਰੱਕੀ ਨਹੀਂ ਕਰ ਸਕਦਾ? ਔਰ ਇਹ ਵੀ ਕਿਹਾ ਜਾ ਰਿਹਾ, ਬਕਾਇਦਾ ਇਹ ਤਾਂ ਕਿਹਾ ਕਿ ਜਾ ਰਿਹਾ, ਇਹ ਤਾਂ ਆਂਕੜੇ ਦੇ ਹਿਸਾਬ ਨਾਲ ਦਿਖਦਾ ਹੀ ਹੈ ਕਿ ਇੰਨਾ ਵਿਆਜ ਜਿਹੜਾ ਉਹ ਪੰਜਾਬ ਜਿੱਥੇ ਕਰਜ਼ਾ ਚੜਿਆ ਹੋਇਆ ਉਹ ਦੇਣਾ ਪੈਂਦਾ, ਔਰ ਇੰਟਰਸਟ ਦੇਣ ਤੱਕ ਦੇ ਵੀ ਪੈਸੇ ਨਹੀਂ ਹੈਗੇ. ਜਦੋਂ ਅਕਾਲੀਆਂ ਨੇ, ਅਕਾਲੀ ਦਲ ਨੇ ਸਰਕਾਰ ਹੈਂਡਲ ਕੀਤੀ ਸੀ ਔਰ ਕਾਂਗਰਸ ਦੀ ਸਰਕਾਰ ਗਈ ਸੀ, ਉਦੋਂ ਇਹਨਾਂ ਨੇ ਕਿੰਨੇ ਕੁ ਖਜ਼ਾਨੇ ਜਿਹੜੇ ਭਰ ਕੇ ਗਏ ਸੀਗੇ. ਹਾਂਕੇ, ਸ਼੍ਰੋਮਣੀ ਅਕਾਲੀ ਦਲ ਗਵਰਨਮੈਂਟ, ਈਵਨ ਯੂ ਆਰ ਗਿਵਿੰਗ ਐਡਵਾਈਸਿਸ ਟੂ ਯੂ ਨੋ ਕਾਂਗਰਸ ਗਵਰਨਮੈਂਟ, ਲੇਕਿਨ ਉਸ ਟਾਈਮ ਦਾ ਮਾਹੌਲ ਮੈਨੂੰ ਦੱਸੋ ਕਿ ਉੱਥੇ ਉਸ ਟਾਈਮ 10 ਸਾਲ ਜਦ ਸ਼੍ਰੋਮਣੀ ਅਕਾਲੀ ਦਲ ਸੀਗੀ ਤਾਂ ਆਂਕੜੇ ਵਧੀਆ ਸੀਗੇ? ਸਾਡੀ ਸਟੇਟ ਦੀ ਫਾਈਨੈਂਸ਼ੀਅਲ ਪਰਫਾਰਮੈਂਸ ਸਾਡੇ ਪੋਟੈਂਸ਼ੀਅਲ ਤੋਂ ਘੱਟ ਰਹੀ ਹੈ. ਆਈ ਹੈਵ ਹਾਈ ਰਿਸਪੈਕਟ ਫਾਰ ਅਕਾਲੀ ਪਾਰਟੀ, ਆਈ ਹੈਵ ਹਾਈ ਰਿਸਪੈਕਟ ਫਾਰ ਬਾਦਲ ਸਾਹਿਬ, ਬਟ ਅਕਾਲੀ ਪਾਰਟੀ ਦੇ ਟਾਈਮ ਵੀ ਸਾਡੀ ਸਟੇਟ ਦੀ ਫਾਈਨੈਂਸ਼ੀਅਲ ਪਰਫਾਰਮੈਂਸ ਦੇ ਵਿੱਚ ਜਿੰਨਾ ਅਸੀਂ ਡਿਵੈਲਪ ਹੋ ਸਕਦੇ ਸੀ ਉਨੀ ਡਿਵੈਲਪਮੈਂਟ ਨਹੀਂ ਹੋਈ, ਤੇ ਅੱਜ ਕਾਂਗਰਸ ਗਵਰਨਮੈਂਟ ਦੇ ਵਿੱਚ ਵੀ ਜਿਹੜੀ ਸਾਡੀ ਡਿਵੈਲਪਮੈਂਟ ਉਸ ਤਰੀਕੇ ਨਾਲ ਨਹੀਂ ਹੋ ਸਕਦੀ. ਦੇਖੋ ਹੁੰਦਲ ਸਾਹਿਬ, ਸਾਡੇ ਵੀਰ ਜੀ ਤੋਂ ਮੈਂ ਪੁੱਛਣਾ ਚਾਹੁੰਦਾ, ਜੇ ਅਸੀਂ ਸਰਕਾਰਾਂ ਨੇ ਇੰਨਾ ਵਧੀਆ ਕੰਮ ਕੀਤਾ ਹੈ ਤਾਂ ਜਿਹੜੀ ਸਾਡੀ ਸਟੇਟ ਸੀਗੀ 1980s ਦੇ ਵਿੱਚ, ਅਰਲੀ 80s ਦੇ ਵਿੱਚ, ਵੀ ਵਰ ਦਾ ਟੌਪ ਅਮੰਗਸ ਦਾ ਟੌਪ ਮੋਸਟ ਸਟੇਟਸ ਇਨ ਇੰਡੀਆ. ਐਗਜ਼ੈਕਟਲੀ, ਡੇਟਾ ਇਹਨਾਂ ਦੇ ਸਾਹਮਣੇ ਹੈ, ਇਹ ਤਾਂ ਕੋਈ ਇਹ ਕਹਿਣ ਦੀ ਗੱਲ ਨਹੀਂ ਹੈ, ਡੇਟਾ ਇਹਨਾਂ ਦੇ ਸਾਹਮਣੇ ਹੈ. ਡੇਟਾ ਜਿਹੜਾ ਹੈ, ਚਾਹੇ ਜੀ
GSDP ਦਾ ਡੇਟਾ ਹੋਵੇ, ਡੈਫਿਸਿਟ ਦਾ ਡੇਟਾ ਹੋਵੇ, ਇੰਟਾਇਰ ਡੈਫਿਸਿਟ ਡੇਟਾ ਇਜ਼ ਇਨ ਫਰੰਟ ਆਫ ਹਿਮ। ਅੱਜ ਪੰਜਾਬ ਦੇ ਵਿੱਚ ਇੰਡਸਟਰੀ ਨਹੀਂ ਆ ਰਹੀ ਹੈ, ਅੱਜ ਪੰਜਾਬ ਦੇ ਵਿੱਚ ਆਈ ਟੀ ਸੈਕਟਰ ਉਸ ਤਰੀਕੇ ਨਾਲ ਨਹੀਂ ਗਰੋ ਕੀਤਾ ਹੈ, ਤਾਂ ਪੰਜਾਬ ਦੀ ਗਰੋਥ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ, ਤੇ ਖਾਸ ਕਰ ਹੁਣ ਸਾਡੇ NRI ਭਰਾ ਤਾਂ ਬਹੁਤ ਕੰਟਰੀਬਿਊਟ ਕਰ ਸਕਦੇ ਹੈ। ਆਕਾਸ਼ ਜੀ, ਵੈਨ ਵੀ ਆਰ ਟਾਕਿੰਗ ਅਬਾਊਟ ਗਰੋਸ ਸਟੇਟ ਡੋਮੈਸਟਿਕ ਪ੍ਰੋਡਕਟ ਦੀ ਅਸੀਂ ਗੱਲ ਕਰਦੇ ਹਾਂ, ਤੇ ਆਂਕੜੇ ਕੀ ਕੁਝ ਕਹਿੰਦੇ ਆ ਤੁਹਾਨੂੰ? ਦੇਖੋ ਜੀ, ਮੈਂ ਤੁਹਾਨੂੰ ਦੱਸਿਆ ਕਿ ਚਾਹੇ GSDP ਹੋਵੇ ਜੀ, ਚਾਹੇ ਪਰ ਕੈਪੀਟਾ ਇਨਕਮ ਹੋਵੇ, ਆਂਕੜੇ ਅੱਜ ਪੰਜਾਬ ਦੇ ਆਂਕੜੇ ਕਿਤੇ ਵੀ ਕੰਪੇਅਰ ਨਹੀਂ ਹੋ ਪਾ ਰਹੇ। ਤੁਸੀਂ ਪੰਜਾਬ ਨੂੰ ਉਸੇ ਸੂਬੇ ਨਾਲ ਕੰਪੇਅਰ ਕਰ ਲਓ ਜਿਹੜਾ ਸਾਡੇ ਸੂਬੇ ਦਾ ਹਿੱਸਾ ਹੁੰਦਾ ਸੀ, ਹਰਿਆਣਾ। ਦੇਖੋ, ਹਰਿਆਣਾ ਹੈਜ਼ ਲੈਫਟ ਅਸ ਬਿਹਾਈਂਡ ਲਾਈਕ ਐਨੀਥਿੰਗ। ਐਗਜ਼ੈਕਟਲੀ, ਜਦੋਂ ਕਿ ਸਾਡੇ ਸੂਬੇ ਦੀ ਜਦੋਂ ਡਿਵੀਜ਼ਨ ਹੋਈ ਸੀ ਉਹਦੇ ਵਿੱਚ ਹਰਿਆਣਾ ਜਿਹੜਾ ਹੈ ਸੂਬਾ ਬਣਿਆ ਸੀਗਾ। ਅੱਜ ਤੁਸੀਂ ਦੇਖੋ ਉਹਨਾਂ ਨੇ ਕੋਲ ਕਿੰਨੇ ਵੱਡੇ ਫਾਈਨੈਂਸ਼ੀਅਲ ਪਾਵਰ ਹਾਊਸ ਬਣਾ ਲਏ ਨੇ ਉਹਨਾਂ ਨੇ, ਗੁੜਗਾਓਂ। Right. They've got Gurgaon, which is a financial powerhouse. Right. Sade kol ik zamane de vich Ludhiana, Jalandhar sports good de vich, it was known throughout the world. Right. Ludhiana as an industrial town. Right. An industry. All other industries. But Jalandhar for sports good. Ludhiana for... Jalandhar was known for sports good. Yeah, yeah. ਬਿਲਕੁਲ ਬਿਲਕੁਲ, ਆਪਾਂ ਅਗਰ ਮੋਹਾਲੀ ਨੂੰ ਹੀ ਆਈ ਟੀ ਸੈਕਟਰ ਦੇ ਵਿੱਚ ਤਬਦੀਲ ਕਰ ਦਿੰਦੇ ਤਾਂ ਕਿੱਥੇ ਤਾਂ ਕਿੱਥੇ ਹੁੰਦੇ ਅੱਜ ਅਸੀਂ। ਮੋਹਾਲੀ ਦੇ ਵਿੱਚ ਇੰਨਾ ਪੋਟੈਂਸ਼ੀਅਲ ਹੈ, ਮੈਂ ਅੱਜ ਵੀ ਸਾਡੇ ਜਿਹੜਾ ਹੈ ਪੋਲੀਟੀਕਲ ਆਗੂਆਂ ਨੂੰ ਰਿਕੁਐਸਟ ਕਰਾਂਗਾ ਕਿ ਮੋਹਾਲੀ, ਯੂ ਹੈਵ ਵੈਰੀ ਰਾਈਟਲੀ ਪੁਆਇੰਟਡ ਆਊਟ, ਆਈ ਟੀ ਤੇ ਬੀਪੀਓ ਦੇ ਵਿੱਚ ਮੋਹਾਲੀ ਕਹਿੰਦੀ ਅਨਦਰ ਗੁੜਗਾਓਂ। ਕਰੈਕਟ, ਮੋਹਾਲੀ ਦੇ ਵਿੱਚ ਸਾਡੇ ਕੋਲ ਇੰਗਲਿਸ਼ ਸਪੀਕਿੰਗ ਪੋਪੂਲੇਸ਼ਨ ਹੈ, ਟੈਲੈਂਟਡ ਜਨਤਾ ਹੈ, ਜ਼ਰੂਰਤ ਹੈ ਸਾਨੂੰ ਉਹਨਾਂ ਨੂੰ। ਅੱਛਾ, ਕੀ ਤੁਸੀਂ ਆਕਾਸ਼ ਜੀ ਸਾਡੇ ਭਰਾਵਾਂ ਨੂੰ, NRI ਭਰਾਵਾਂ ਨੂੰ ਇਹ ਸਲਾਹ ਦਿਓਗੇ ਜਿਨ੍ਹਾਂ ਦੇ ਆਈ ਟੀ ਦੇ ਬਿਜ਼ਨਸ ਹਨ, ਜਿਨ੍ਹਾਂ ਦੇ ਹੋਰ ਵੀ ਵਪਾਰ ਹਨ, ਅਗਰ ਉਹ ਮੋਹਾਲੀ ਦੇ ਵਿੱਚ ਜਾ ਕੇ ਅੱਜ ਹੀ ਗੱਲ ਨੂੰ ਦਸਤਕ ਦਿੰਦੇ ਹਨ ਤਾਂ ਕੁਝ ਨਾ ਕੁਝ ਪੰਜਾਬ ਦਾ ਵੀ ਭਵਿੱਖ ਸੁਧਰੂਗਾ ਔਰ ਆਈ ਟੀ ਸੈਕਟਰ ਜਿਹੜਾ ਉਹ ਵੀ ਸਟਰੋਂਗ ਹੋਊਗਾ ਪੰਜਾਬ ਦੇ ਵਿੱਚ? ਡੂ ਯੂ ਥਿੰਕ? ਬਿਲਕੁਲ ਬਿਲਕੁਲ, ਡੈਫੀਨੇਟਲੀ ਆਈ ਵੁੱਡ ਇਨਵਾਈਟ ਆਲ ਮਾਈ NRI ਬ੍ਰਦਰਸ ਵਿਦ ਓਪਨ ਆਰਮਸ। ਦੇਖੋ ਅੱਜ ਦੇ ਵਿੱਚ ਕੀ, ਅੱਜ ਪੋਟੈਂਸ਼ੀਅਲ ਦੇਖੋ ਕੀ ਹੈ, ਜਿਸ ਕੋਸਟ ਦੇ ਉੱਤੇ ਉਹਨਾਂ ਨੂੰ ਬੜੀ ਜਾਇਜ਼ ਕੋਸਟ ਦੇ ਉੱਤੇ, ਵਾਇਬਲ ਕੋਸਟ ਦੇ ਉੱਪਰ ਇੱਥੇ ਟੈਲੈਂਟਡ ਮੈਨ ਪਾਵਰ ਮਿਲੇਗੀ। ਸਾਡੇ ਪੰਜਾਬ ਦੇ ਯੂਥ ਦੇ ਵਿੱਚ ਟੈਲੈਂਟ ਦੀ ਕਮੀ ਨਹੀਂ ਹੈ, ਆਰ ਜੋ ਯੂਥ ਆਫ ਮਾਈ ਪੰਜਾਬ ਇਜ਼ ਹਾਈਲੀ ਟੈਲੈਂਟਡ। ਰਾਈਟ, ਜਿਸ ਕੋਸਟ ਤੇ ਉਹਨਾਂ ਨੂੰ US ਦੇ ਵਿੱਚ ਜਿਹੜੀ ਹੈ ਮੈਨ ਪਾਵਰ ਹੈ ਬਹੁਤ ਕੋਸਟਲੀ ਮਿਲੇਗੀ, ਇੱਥੇ ਉਹਨਾਂ ਨੂੰ ਬਹੁਤ ਵਾਇਬਲ ਕੋਸਟ ਤੇ ਮੈਨ ਪਾਵਰ ਮਿਲੇਗੀ, ਟੈਲੈਂਟਡ ਮੈਨ ਪਾਵਰ ਮਿਲੇਗੀ। ਤੇ BPO ਦਾ ਕਨਸੈਪਟ ਗੁੜਗਾਓਂ ਨੇ ਆਲਰੇਡੀ ਬਹੁਤ ਸਕਸੈਸਫੁਲੀ ਕਰਕੇ ਦਿਖਾਇਆ, IT ਦੇ ਕਨਸੈਪਟ ਠੀਕ ਹੈ ਆਕਾਸ਼ ਜੀ, ਉਹ ਅਸੀਂ ਕਰ ਸਕਦੇ ਹਾਂ। ਆਕਾਸ਼ ਜੀ, ਆਈ ਜਸਟ ਨੀਡ ਅ ਸਮਾਲ ਬ੍ਰੇਕ, ਤੇ ਟੈਲੈਂਟਡ ਤੋਂ ਮੈਨੂੰ ਯਾਦ ਆਇਆ ਕਿ ਟੈਲੈਂਟਡ ਪਾਰਟੀ ਦੇ ਟੈਲੈਂਟਡ ਬੁਲਾਰੇ ਵੀ ਸਾਡੇ ਨਾਲ ਮੌਜੂਦ ਨੇ, ਉਹਨਾਂ ਤੋਂ ਵੀ ਮੈਂ ਕੁਝ ਪੁੱਛਣਾ ਚਾਹੁੰਦਾ। ਉਹ ਬ੍ਰੇਕ ਤੋਂ ਬਾਅਦ ਮੈਂ ਉਹਨਾਂ ਤੋਂ ਵੀ ਸਵਾਲ ਲਵਾਂਗਾ ਕਿਉਂਕਿ ਉਹ ਖੁਦ ਆਪ ਕਹਿੰਦੇ ਹਨ ਕਿ ਅਸੀਂ ਬਹੁਤ ਕੰਮ ਕੀਤਾ 10 ਸਾਲ ਦੇ ਵਿੱਚ ਔਰ ਟੈਲੈਂਟ ਨੂੰ ਅਸੀਂ ਨਰਚਰ ਕੀਤਾ ਅਤੇ ਕਿੰਨਾ ਕੁ ਕੀਤਾ, ਉਹ ਵੀ ਸਵਾਲ ਬਣਦਾ। ਬ੍ਰੇਕ ਤੋਂ ਬਾਅਦ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਸਵਾਗਤ ਹੈ, ਆਕਾਸ਼ ਜੀ ਫੋਨ ਲਾਈਨ 'ਤੇ ਮੌਜੂਦ ਹਨ। ਆਕਾਸ਼ ਜੀ, ਮੈਂ ਆਪਣੇ ਦਰਸ਼ਕਾਂ ਦੀ ਵੀ ਕਾਲ ਜ਼ਰੂਰ ਲੈਣਾ ਚਾਹੁੰਦਾ ਕਿਉਂਕਿ ਉਹ ਵੀ ਆਪਣੇ ਵਿਚਾਰ ਸਾਡੇ ਨਾਲ ਜ਼ਰੂਰ ਸਾਂਝੇ ਕਰਦੇ ਹਨ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਭਾਜੀ, ਮੈਂ ਜਗਪਾਲ ਸਿੰਘ ਬੋਲਦਾ ਜੀ। ਜੀ ਜਗਪਾਲ ਸਿੰਘ ਜੀ, ਹਾਂਜੀ ਭਾਜੀ, ਦੇਖੋ ਪਹਿਲੀ ਗੱਲ ਤਾਂ ਥੈਂਕ ਯੂ ਤੁਹਾਡਾ ਬਹੁਤ ਬਹੁਤ ਜੀ। ਸਾਲ ਦੇ ਐਂਡ ਦੇ ਵਿੱਚ, ਪੂਰੇ ਸਾਲ ਦੇ ਵਿੱਚ ਮੈਂ ਤੁਹਾਨੂੰ ਜੇ ਕਹਾਂਗੇ ਤੁਸੀਂ ਜਿਹੜਾ ਸਾਰਿਆਂ ਦਾ ਬੈਸਟ ਪ੍ਰੋਗਰਾਮ ਲੈ ਕੇ ਆਏ, ਅੱਜ ਲੈ ਕੇ ਆਏ ਸਾਲ ਦੇ ਐਂਡ 'ਚ। ਜੀ ਜੀ ਜੀ, ਜਿਹੜੇ ਬਾਕੀ ਸਾਡੇ ਸਾਰੇ ਸਾਲ ਦੇ ਪ੍ਰੋਗਰਾਮ ਆ, ਮੈਂ ਉਹਨਾਂ ਨੂੰ ਸਾਰਿਆਂ ਨੂੰ ਮਾਈਨਸ ਨੰਬਰ ਦਊਂਗਾ ਸਰ, ਵੀ ਆਹੀ ਪ੍ਰੋਗਰਾਮ, ਕਿਉਂਕਿ ਤੁਸੀਂ ਸਾਨੂੰ ਪੰਜਾਬ ਦੇ ਹੈਲਦੀ ਪ੍ਰੋਗਰਾਮ ਨਹੀਂ ਦਿਖਾਲਦੇ। ਜੀ ਜੀ, ਤੁਸੀਂ ਆਹ ਫਲਾਨੇ ਨੇ ਇਹਨੂੰ ਕਹਿਤਾ, ਉਹਨੇ ਖਾਲੀ ਨੇ ਉਹਨੂੰ ਕਹਿਤਾ, ਉਹ ਯਾਰ ਦਿਸ ਇਜ਼ ਨਾਟ ਅਵਰ ਇਸ਼ੂ। ਜੀ 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 ਜੀ, ਠੀਕ ਹੈ ਕਿ ਨਹੀਂ? ਤੁਸੀਂ ਮੇਰੀ ਇੱਕ ਗੱਲ ਸੁਣੋ, ਤੁਸੀਂ ਤਾਂ ਇੰਡੀਆ ਦੀ ਗੱਲ ਕਰਦੇ ਆ ਨਾ। ਜੀ ਜੀ, ਅਮਰੀਕਾ ਦੇ ਅੰਦਰ ਮਿਡਲ ਕਲਾਸ ਇੰਨੀ ਤੇਜ਼ੀ ਨਾਲ ਖਤਮ ਹੋ ਰਹੀ ਆ ਵੀ ਤੁਸੀਂ ਬਿਲੀਵ ਨਹੀਂ ਕਰ ਸਕ ਰਹੇ। ਜੀ 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 ਜੀ, ਇੰਨੀ ਆਟੋਮੇਸ਼ਨ, ਇੰਨੀ ਟੈਕਨੋਲੋਜੀ ਤੇ ਇੰਟਰਨ ਹੋ ਰਹੀ ਆ ਹਰੇਕ ਕੰਮ ਦੇ ਵਿੱਚ, ਅਮਰੀਕਾ ਵਾਲਿਆਂ ਨੂੰ ਭਾਜੜਾ ਪਈਆਂ ਆ, ਤੁਸੀਂ ਇੰਡੀਆ ਦੀ ਗੱਲ ਕਰੀ ਜਾਂਦੇ ਆ। ਹੁਣ ਮੈਂ ਪੰਜਾਬ ਦੀ ਭਾਜੀ, ਇਸ ਵੇਲੇ 84 ਬਿਲੀਅਨ ਡਾਲਰ ਦੀ GDP ਆ ਜੀ ਜੀ, ਪੰਜਾਬ ਦੀ 84 ਬਿਲੀਅਨ ਡਾਲਰ ਦੀ। ਬਾਕੀ ਸਾਰੇ ਲਿਸਨਰ ਸੁਣ ਲੈਣ, ਉਹ ਕਿੱਥੇ ਜਾਂਦਾ ਪੈਸਾ? ਜੀ ਜੀ, ਫਿਰ ਦੈਟ ਆਲ ਮਨੀ ਗੋਇੰਗ, 84 ਬਿਲੀਅਨ ਡਾਲਰ ਇਜ਼ ਅ ਲੋਟ ਆਫ ਮਨੀ। ਯਾ ਯਾ ਯਾ, ਹੁਣ ਪਾਕਿਸਤਾਨ ਨੂੰ, ਉਹਨਾਂ ਨੂੰ ਹੁਣ 10 ਬਿਲੀਅਨ ਡਾਲਰ ਦੀ ਲੋੜ ਸੀਗੀ ਤੇ ਉਹਨਾਂ ਨੂੰ ਮੈਨੇ ਨਹੀਂ ਸੀ ਦਿਆ, ਤੇ ਉਹਨਾਂ ਨੂੰ 10 ਬਿਲੀਅਨ ਡਾਲਰ ਮਿਲ ਗਿਆ IMF ਵਾਲੇ, ਜਦੋਂ ਉਹ ਨੱਚਦੇ ਫਿਰਦੇ ਆ। ਜੀ 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 ਜੀ, 84 ਬਿਲੀਅਨ ਡਾਲਰ ਇਹਨਾਂ ਨੂੰ ਪੰਜਾਬ ਸਟੇਟ ਗਵਰਨਮੈਂਟ ਨੂੰ ਪੁੱਛੋ, 84 ਬਿਲੀਅਨ ਡਾਲਰ ਦੀ ਜਿਹੜੀ GDP ਉਹ ਕਿੱਥੇ ਜਾ ਰਹੀ ਆ? ਇਹ ਸਾਨੂੰ ਹਰੇਕ ਵਾਰ ਡੈਫੀਸਿਟ ਕਰਦੇ ਰਹਿੰਦੇ ਆ। ਉਹ ਆਪਣਾ ਇਹ ਪੰਜਾਬ ਦਾ ਲੁੱਟ ਕੇ ਮਨੀ ਇਹ ਬਾਹਰਲੀਆਂ ਕੰਟਰੀ 'ਚ ਇਨਵੈਸਟ ਕਰੀ ਜਾਂਦੇ ਆ, ਪੰਜਾਬ ਦੇ ਲੋਕਾਂ ਨੂੰ ਇਹ ਗਰੀਬ, ਬਿਮਾਰ, ਅਨਪੜ੍ਹ, ਮਤਲਬ ਜਿਹੜੀ ਦੁਨੀਆਂ ਦੀ ਲਾਹਨਤ ਜਿਹੜੀ
ਮਿਹਰਬਾਨੀ ਤੁਸੀਂ ਆਪਣੇ ਇੱਕ ਮਿੰਟ ਭਾਜੀ ਇੱਕ ਮਿੰਟ ਤੁਸੀਂ ਦੂਜੇ ਪਾਕਿਸਤਾਨ ਦੇ ਪੰਜਾਬ ਦੀ ਉਹਨਾਂ ਦੀ ਅੱਜ ਵੇਲੇ 200 ਬਿਲੀਅਨ ਡਾਲਰ ਦੀ ਜੀਡੀਪੀ ਆ ਜੀ ਜਿਹਨੂੰ ਇਹ ਹਰ ਵੇਲੇ ਗਰੀਬ ਗਰੀਬ ਕਰਦੇ ਰਹਿੰਦੇ ਆ ਹਾਂ 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 ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਆਕਾਸ਼ ਜੀ ਸਾਡੇ ਨਾਲ ਮੌਜੂਦ ਨੇ ਉਹਨਾਂ ਤੋਂ ਲੈ ਲਾਂਗੇ ਇਸ ਗੱਲ ਦਾ ਜਵਾਬ ਮੇਰੇ ਨਾਲ ਹੋਰ ਵੀ ਕਾਲਰਸ ਨੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਆਉਣ ਰਹੇ ਹੋ ਕੌਣ ਬੋਲ ਰਹੇ ਹੋ ਕਿੱਥੋਂ ਬੋਲ ਰਹੇ ਹੋ ਬੋਲਣ ਲੱਗੇ ਆ ਜੀ ਕੌਣ ਕਹਿੰਦਾ ਜੀ ਪੰਜਾਬ ਪਛੜਿਆ ਵਾ ਕਿਤੇ ਪੰਜਾਬ ਚ ਪਿਛਲੇ 10 ਸਾਲਾਂ ਚ ਇੰਨੀ ਤਰੱਕੀ ਕੀਤੀ ਹੈ ਪੰਜਾਬ ਨੇ ਕਿਤੇ ਪਿੰਡਾਂ ਚ ਤੇ ਸ਼ਹਿਰਾਂ ਚ ਕੋਠੀਆਂ ਵੇਖੋ ਜਾ ਕੇ ਕਾਰਾਂ ਘਰ ਘਰ ਖਲੋਟੀਆਂ ਕਿਤੇ ਅੱਜ ਪੰਜਾਬ ਦੇ ਵਿੱਚ ਵਿਆਹ ਹੋਣ ਡਿਆ ਸਿਆਲ ਕਿਤੇ ਪੈਲਸਾਂ ਚ ਵੇਖੋ ਦੁਨੀਆਂ ਦਾ ਟੌਰ ਤੇ ਖਾਣੇ ਪੀਣੇ ਤੇ ਕੌਣ ਆਂਦਾ ਪੰਜਾਬ ਪਛੜਿਆ ਬਾਈ ਕਿਤੇ ਅਮਰੀਕਾ ਕੈਨੇਡਾ ਨੂੰ ਪੰਜਾਬ ਗਾਂ ਵਾ ਕਿਤੇ ਹੁਣ ਜਾ ਕੇ ਵੇਖੋ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਆਹੋ ਹਾਂ ਕਿਤੇ ਕੋਈ ਗੱਲ ਹੀ ਨਹੀਂ ਜੇ ਕਿਤੇ ਰਾਹ ਵਾ ਕਿਸੇ ਚੀਜ਼ ਦੀ ਘਾਟ ਹੀ ਨਹੀਂ ਪੰਜਾਬ ਦੇ ਵਿੱਚ ਪੰਜਾਬ ਤੇ ਅਮੀਰ ਆ ਜੇ ਵੀ ਹਿੰਦੁਸਤਾਨ ਚ ਬਾਕੀ ਸੂਬਿਆਂ ਚ ਕੀ ਆ ਇਹ ਤੇ ਮੈਂ ਝੂਠਾ ਪ੍ਰਚਾਰ ਆ ਅੱਛਾ ਜੀ ਠੀਕ ਹੈ ਠੀਕ ਹੈ ਠੀਕ ਹੈ ਆਂਕੜੇ ਝੂਠੇ ਨੇ ਤੁਹਾਨੂੰ ਲੱਗਦਾ ਆਹੋ ਝੂਠਾ ਪ੍ਰਚਾਰ ਜੇ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਚੰਗਾ ਜੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਜੀ ਆਕਾਸ਼ ਜੀ ਤੁਸੀਂ ਸੁਣੀ ਲਿੱਤਾ ਕਿ ਵਧੀਆ ਚੱਲ ਰਿਹਾ ਪੰਜਾਬ ਐਸੀ ਐਵੇਂ ਹੀ ਆਪਾਂ ਇਹਨੂੰ ਹੈਲਦੀ ਡਿਬੇਟ ਬਣਾ ਰਹੇ ਹਾਂ ਕਿ ਉੱਥੇ ਇਹ ਹੋ ਗਿਆ ਇਹ ਹੋ ਗਿਆ ਜੀ ਡੀ ਪੀ ਵਧੀਆ ਚੱਲਦੀ ਹੈ ਪਰ ਕੈਪੀਟਲ ਇਨਕਮ ਵਧੀਆ ਡੈਫੀਸਿਟ ਵਧੀਆ ਕਰਜ਼ਾ ਦੇਣਾ ਨਹੀਂ ਪੰਜਾਬ ਨੂੰ ਵਧੀਆ ਤਰੀਕੇ ਨਾਲ ਚੱਲੇ ਜਾਂਦਾ ਕੋਠੀਆਂ ਕਾਰਾਂ ਤੋ ਕਹਿੰਦੇ ਪੈਲਸ ਵੀ ਵਧੀਆ ਤਰੀਕੇ ਨਾਲ ਉੱਥੇ ਬਣ ਗਏ ਨੇ ਐਵੇਂ ਕਾਹ ਦੀ ਕਮੀ ਹੈ ਉੱਥੇ ਜੀ ਸ਼ੋਰ 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 ਗੋ ਅਹੈਡ ਜਿਹੜੀ ਇਹਨਾਂ ਨੇ ਗੱਲ ਕਹੀ ਹੈ ਜੀ ਕਾਰਾਂ ਦੀ ਗੱਲ ਹੈ ਜੇ ਤਾਂ ਕੋਠੀਆਂ ਦੀ ਗੱਲ ਹੈ ਜਾਂ ਮੈਰਿਜ ਸੈਰੇਮਨੀ ਦੀ ਗੱਲ ਹੈ ਜੀ ਪਾਰਸ਼ਲੀ ਸਾਡੇ ਭਾਈ ਸਾਹਿਬ ਸਹੀ ਹੋ ਸਕਦੇ ਨੇ ਕਿਉਂਕਿ ਪੰਜਾਬੀ ਅਸੀਂ ਪੰਜਾਬੀ ਵੀ ਆਰ ਬਲੈਸਡ ਵਿਦ ਰਿਚ ਲਾਈਫ ਸਟਾਈਲ ਸਾਡਾ ਜਿਹੜਾ ਲਾਈਫ ਸਟਾਈਲ ਹੈ ਉਹ ਇੱਕ ਰਿਚ ਲਾਈਫ ਸਟਾਈਲ ਹੈ ਤੇ ਅਸੀਂ ਲੋਕ ਜਿਹੜਾ ਹੈ ਚੰਗੀਆਂ ਕਾਰਾਂ ਚੰਗੀਆਂ ਕੋਠੀਆਂ ਤੇ ਚੰਗੀ ਮੈਰਿਜ ਕਰਨਾ ਪਸੰਦ ਕਰਦੇ ਆ ਬਟ ਦੈਟ ਡਸਨਟ ਹੈਵ ਐਨੀ ਕਨੈਕਸ਼ਨ ਵਿਦ ਦ ਕਰੰਟ ਇਕਨੋਮਿਕ ਸਿਨੈਰੀਓ ਐਗਜ਼ੈਕਟਲੀ ਵੀਰ ਜੀ ਦੇ ਸਾਹਮਣੇ ਮੈਂ ਸਾਰਾ ਡੇਟਾ ਰੱਖਣਾ ਚਾਹੁੰਦਾ ਸਾਡੇ ਵੀਰ ਜੀ GSDP ਪੰਜਾਬ ਦਾ ਦੇਖ ਲਓ ਪਰ ਕੈਪੀਟਾ ਇਨਕਮ ਯਾਨੀ ਹਰ ਬੰਦੇ ਦੀ ਆਮਦਨੀ ਉਹ ਦੇਖ ਲਓ ਕਿੰਨੀ ਹੈ ਅੱਜ ਡੈਫਿਸਿਟ ਦੇਖ ਲਓ ਇੰਟਰਸਟ ਦੇ ਅਮਾਉਂਟ ਲੋਨ ਇਹ ਤਾਂ ਸਾਡੇ ਫਿਗਰਸ ਨੇ ਇਹਦੇ ਵਿੱਚ ਕੋਈ ਵੀ ਚੀਜ਼ ਜਿਹੜੀ ਹੈ ਇਮੇਜਿਨੇਸ਼ਨ ਤੇ ਅਵੇਲੇਬਲ ਇਮੇਜਿਨੇਸ਼ਨ ਨਾਲ ਨਹੀਂ ਕੀਤੀ ਗਈ ਸਾਰੀਆਂ ਨੇ ਸਾਰੀਆਂ ਫਿਗਰਸ ਮੇਰੀ ਆਰਗੇਨਾਈਜੇਸ਼ਨ akashindal.in ਨੇ ਅੱਡ-ਅੱਡ ਸਮੇਂ ਤੇ ਅੱਡ-ਅੱਡ ਟੀਵੀ ਚੈਨਲਸ ਦੇ ਜ਼ਰੀਏ ਪੰਜਾਬ ਦੀਆਂ ਸਰਕਾਰਾਂ ਦੇ ਸਾਹਮਣੇ ਚਾਹੇ ਅਕਾਲੀ ਹੋਵੇ ਕਾਂਗਰਸ ਰੱਖੀ ਹੈ ਤੇ ਐ ਸਰ ਕੀ ਜੀ ਰਾਈਟਲੀ ਸੈਡ ਮੇਰੀ ਆਰਗੇਨਾਈਜੇਸ਼ਨ akashindal.in ਦੋਨਾਂ ਸਰਕਾਰਾਂ ਨੂੰ ਥਰੂ ਟੀਵੀ ਚੈਨਲਸ ਦੇ ਪਲੇਟਫਾਰਮ ਤੋਂ ਐਡਵਾਈਸ ਦਿੰਦੀ ਆਈ ਹੈ ਅੱਜ ਜੇ ਤੁਸੀਂ ਵੈਰੀਫਾਈ ਕਰਨਾ ਚਾਹੋ ਤਾਂ ਗੂਗਲ ਤੇ ਜਾ ਕੇ ਇਹ ਫਿਗਰਸ ਤੁਸੀਂ US ਜਾਂ ਕੈਨੇਡਾ ਦੇ ਬੈਠ ਕੇ ਵੈਰੀਫਾਈ ਕਰ ਸਕਦੇ ਹੋ ਅਕਾਸ਼ ਜੀ ਆਈ ਜਸਟ ਹੈਵ 1 ਮਿੰਟ ਲੈਫਟ ਦੈਟ ਡੇਟਾ ਇਜ਼ ਇਨ ਫਰੰਟ ਆਫ ਯੂ ਮਾਈ ਬ੍ਰਦਰ ਤਾਂ ਇਹ ਚੀਜ਼ ਨਹੀਂ ਹੈ ਤਾਂ ਅੱਜ ਜਿਹੜੇ ਸਾਡੇ ਦੂਜੇ ਮਿੱਤਰ ਪਾਕਿਸਤਾਨ ਨਾਲ ਕੰਪੇਅਰ ਕਰ ਰਹੇ ਸੀਗੇ ਉਹਨਾਂ ਨੂੰ ਦੱਸਦਾ ਪਾਕਿਸਤਾਨ ਦੀ ਜਿਹੜੀ ਹੈ ਫਾਈਨੈਂਸ਼ੀਅਲ ਪਾਕਿਸਤਾਨ ਇਜ਼ ਕਲੋਜ਼ ਟੂ ਫਾਈਨੈਂਸ਼ੀਅਲ ਬੈਂਕਰਪਸੀ ਪਾਕਿਸਤਾਨ ਦੇ ਨਾਲ ਸਾਡੇ ਪੰਜਾਬ ਨੂੰ ਨਾ ਕੰਪੇਅਰ ਕੀਤਾ ਜਾਵੇ ਪਾਕਿਸਤਾਨ ਦੇ ਵਿੱਚ ਤਾਂ ਸਾਡੇ ਵੀਰ ਨੂੰ ਮੈਂ ਇੰਟੀਮੇਟ ਕਰਦਾ ਡੇਲੀ ਵੈਨ ਦੇ ਹੈਵ ਟੂ ਰਨ ਐਕਸਪ੍ਰੈਸ ਟ੍ਰੇਨਸ ਡੇਲੀ ਦੇ ਹੈਵ ਟੂ ਸੀ ਵੈਦਰ ਦੇ ਹੈਵ ਮਨੀ ਟੂ ਫੰਡ ਦੇਅਰ ਟ੍ਰੇਨਸ ਔਰ ਨਾਟ ਸੋ ਵੀ ਆਰ ਡੈਫੀਨੇਟਲੀ ਮਚ ਮਚ ਬੈਟਰ ਦੈਨ ਪਾਕਿਸਤਾਨ ਬਟ ਪੰਜਾਬ ਹੈਜ਼ ਲੋਟ ਆਫ ਪੋਟੈਂਸ਼ੀਅਲ ਮੈਂ ਜਿਹੜੀ ਟੈਲੈਂਟ ਦੀ ਗੱਲ ਕਰ ਰਿਹਾ ਪੰਜਾਬ ਦੇ ਯੂਥ ਦਾ ਟੈਲੈਂਟ ਜਿਹੜਾ ਹੈ ਉਹ ਬਹੁਤ ਵਧੀਆ ਤੁਸੀਂ ਖੁਦ ਦੇਖੋ US ਦੇ ਵਿੱਚ ਕੈਨੇਡਾ ਦੇ ਵਿੱਚ ਆ ਕੇ ਸਾਡੇ ਪੰਜਾਬ ਦੇ ਯੂਥ ਨੇ ਕਿੰਨੀ ਤਰੱਕੀ ਕੀਤੀ ਹੈ ਐਗਜ਼ੈਕਟਲੀ ਮੈਨੂੰ ਬੜਾ ਮਾਣ ਹੁੰਦਾ ਹੈ ਐਗਜ਼ੈਕਟਲੀ US ਦੇ ਵਿੱਚ ਸਾਡੇ ਟੌਪ ਮੈਨੇਜਮੈਂਟ ਤੇ ਸਾਡੇ ਪੰਜਾਬੀ ਭਰਾ ਬੈਠੇ ਨੇ ਪੋਲੀਟੀਕਲ ਪੋਸਟਾਂ ਕੈਨੇਡਾ ਦੇ ਵਿੱਚ US ਦੇ ਵਿੱਚ ਐਗਜ਼ੈਕਟਲੀ ਐਗਜ਼ੈਕਟਲੀ ਵੀ ਡੂ ਹੈਵ ਦੈਟ ਐਬਿਲਿਟੀ ਟੈਲੈਂਟਡ ਪੀਪਲ ਐਗਜ਼ੈਕਟਲੀ ਵੀ ਡੂ ਹੈਵ ਦੈਟ ਐਬਿਲਿਟੀ ਬਟ ਉਹ ਐਬਿਲਿਟੀ ਪੰਜਾਬ ਦੀ ਗਵਰਨਮੈਂਟ ਜਿਹੜੀ ਹੈ ਉਹ ਸਾਡੀ ਨਰਚਰ ਨਹੀਂ ਕਰ ਪਾਈ ਜਿਸ ਕਰਕੇ ਮਜਬੂਰਨ ਸਾਨੂੰ ਬਾਹਰਲੇ ਮੁਲਕ ਆਉਣਾ ਪਿਆ ਔਰ ਇੱਥੇ ਸਾਡੇ ਟੈਲੈਂਟ ਨੂੰ ਪਹਿਚਾਣਾ ਗਿਆ ਜਿਸ ਕਰਕੇ ਅੱਜ ਅਸੀਂ ਉਹ ਮੁਕਾਮ ਹਾਸਿਲ ਵੀ ਕਰ ਲਿੱਤੇ ਮਿਹਰਬਾਨੀ ਤੁਹਾਡੀ ਆਕਾਸ਼ ਜੀ ਤੁਸੀਂ ਸਾਡੇ ਨਾਲ ਜੁੜੇ ਔਰ ਉਹਨਾਂ ਸਾਰੀ ਮੈਥਮੈਟਿਕਸ ਦੇ ਉੱਤੇ ਤੁਸੀਂ ਨਜ਼ਰ ਪਾਈ ਜੋ ਕਿ ਆਂਕੜੇ ਸਾਨੂੰ ਦੱਸਦੇ ਹਨ ਕਿ ਕਿੱਥੇ ਸਟੈਂਡ ਕਰਦਾ ਪੰਜਾਬ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਅਤੇ ਨਾਲ ਹੀ ਅਸੀਂ ਇਹ ਮੰਚ ਨੂੰ ਜਿਵੇਂ ਅਸੀਂ ਸਜਾਇਆ ਸੀਗਾ ਦੱਸਿਆ ਸੀਗਾ ਕਿ ਪੰਜਾਬ ਦੇ ਵਿੱਚ ਅਖੀਰਲਾ ਦਿਨ ਸੀਗਾ ਨਵਾਂ ਭਵਿੱਖ ਪੰਜਾਬ ਦੇ ਵਿੱਚ ਕਿਸ ਤਰੀਕੇ ਦਾ ਹੋਵੇਗਾ ਉਹ ਇੱਕ ਵੱਡੀ ਚੁਣੌਤੀ ਹੈਗੀ ਹੈ ਪੰਜਾਬ ਦੀ ਗਵਰਨਮੈਂਟ ਦੇ ਲਈ ਲੇਕਿਨ ਕੱਲ੍ਹ ਜਦ ਨਿਊਯਾਰਕ ਦੇ ਵਿੱਚ ਅਸੀਂ ਬੈਠ ਕੇ ਇਸ ਮੰਚ ਦੇ ਉੱਤੇ ਪ੍ਰੋਗਰਾਮ ਕਰਾਂਗੇ ਯਾਨੀ ਕਿ ਨੌਰਥ ਅਮੈਰੀਕਾ ਦਾ ਜਦ ਅਖੀਰਲਾ ਦਿਨ ਹੋਵੇਗਾ ਤਾਂ ਅਸੀਂ ਜ਼ਰੂਰ ਚਰਚਾ ਕਰਾਂਗੇ ਇਸ ਮੰਚ ਦੇ ਉੱਤੇ ਕਿ ਇਹ ਸਾਲ ਜਿਹੜਾ ਹੈਗਾ ਉਹ ਸਾਡੇ ਲਈ ਕਿਵੇਂ ਰਿਹਾ ਔਰ ਕਿਵੇਂ ਆਉਣ ਵਾਲੇ ਜਿਹੜੇ ਸਾਲ ਹੋਣਗੇ ਉਹ ਕਿਸ ਤਰੀਕੇ ਦੇ ਹੋਣਗੇ ਇਹੀ ਹੋਵੇਗਾ ਅੱਜ ਦਾ ਮੁੱਦਾ ਮਿਹਰਬਾਨੀ ਧੰਨਵਾਦ ਸਤਿ ਸ਼੍ਰੀ ਅਕਾਲ